ਦੀਦੀ ਹੱਥ ਮਸਲੇ ਦੇਖੋ, ਮੰਮੀ ਉੱਠ ਜਾਓ, ਮੰਮੀ ਜੀ ਉੱਠ ਜਾਓ, ਹਾਏ ਮੰਮੀ ਦੀ ਧੜਕਣ ਵੀ ਨਹੀਂ ਚੱਲ ਰਹੀ, ਮੰਮੀ ਉੱਠ ਜਾਓ। ਹਾਂਜੀ, ਫਿਰ ਰੋਟੀ ਪਾਣੀ ਦਾ ਕਿੱਦਾਂ ਕਰਦੇ ਹੋ ਤੁਸੀਂ? ਅੱਛਾ, ਚਲੋ ਵਧੀਆ। ਹਾਂਜੀ ਹਾਂ, ਸਾਰੇ ਵਧੀਆ ਨੇ। ਤੁਸੀਂ ਦੱਸੋ, ਕੰਮ ਕਾਰ ਕਿਵੇਂ ਚੱਲ ਰਿਹਾ? ਅੱਛਾ, ਕੋਈ ਗੱਲ ਨਹੀਂ ਜੀ, ਕੋਈ ਨਾ, ਸ਼ਾਮ ਨੂੰ ਗੱਲ ਕਰ ਲਾਂਗੇ। ਹਾਂਜੀ ਹਾਂ, ਕੰਮ 'ਤੇ ਜਾਂਦਾ। ਠੀਕ ਹੈ ਜੀ, ਸ਼ਾਮ ਨੂੰ ਕਰ ਲਿਓ ਕਾਲ, ਕੋਈ ਨਾ। ਠੀਕ ਹੈ ਜੀ। ਪੁੱਤ ਕਰਮਜੀਤ, ਬਹਿ ਜਾ ਮੰਮੀ। ਮੈਂ ਤਾਂ ਬੈਠੀ ਪੁੱਤ, ਗੁਰਿੰਦਰ ਦਾ ਫੋਨ ਆ ਗਿਆ ਕਿ ਨਹੀਂ? ਉਹਨਾਂ ਨਾਲ ਹੀ ਗੱਲ ਕਰ ਰਹੀ ਸੀ ਮੰਮੀ। ਅੱਛਾ, ਚੱਲ ਚੰਗਾ। ਪੁੱਤ ਕੀ ਕਹਿੰਦਾ, ਮੇਰਾ ਦਿਲ ਲੱਗ ਗਿਆ ਕਿ ਨਹੀਂ ਕਹਿੰਦਾ ਬਾਹਰ ਜਾ ਕੇ? ਲੱਗ ਗਿਆ ਮੰਮੀ ਦਿਲ ਤਾਂ, ਅੱਛਾ ਕਹਿੰਦਾ ਹੀ ਬਸ ਹੁਣ ਕੰਮ 'ਤੇ ਚੱਲਿਆ ਮੈਂ। ਅੱਛਾ 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 ਚੱਲ ਚੰਗਾ ਪੁੱਤ, ਉਹਦਾ ਤਾਂ ਦਿਲ ਲੱਗ ਜੂਗਾ ਬਾਹਰ। ਤੂੰ ਵੀ ਪੁੱਤ ਜੀ ਲਾ ਕੇ ਰਹਿ ਹੁਣ। ਅੱਛਾ, ਅਸੀਂ ਹੈਗੇ ਆ ਸਾਰਾ ਟੱਬਰ ਇੱਥੇ, ਐਵੇਂ ਨਾ ਘਬਰਾਈ ਜਾਈ। ਉਹ ਤਾਂ ਗੱਲ ਠੀਕ ਹੈਗੀ ਮੰਮੀ, ਕਹਿੰਦੇ ਤਾਂ ਕਹਿੰਦੇ ਮੈਂ ਸ਼ਾਮ ਨੂੰ ਕਾਲ ਕਰੂੰਗਾ। ਅੱਛਾ, ਕਰ ਲਿਆ ਕਰ ਪੁੱਤ ਗੱਲਾਂ, ਐਂ ਕਰੀ ਨਾਲੇ ਯਾਰ, ਹੁਣ ਫੋਨ ਆਊਗਾ ਮੇਰੀ ਵੀ ਗੱਲ ਕਰਾ ਦੇ। ਕੋਈ ਗੱਲ ਨਹੀਂ ਮੰਮੀ, ਜਦ ਸ਼ਾਮ ਨੂੰ ਫੋਨ ਕਰਨਗੇ ਨਾ, ਫਿਰ ਮੈਂ ਥੋੜੀ ਗੱਲ ਕਰਾ ਦੂੰਗੀ। ਹਾਂ ਹਾਂ ਭਾਬੀ, ਕੱਲੀ ਗੱਲ ਕਰ ਲਈ ਬੇਰੇ ਨਾਲ, ਮੇਰੀ ਵੀ ਕਰਾ ਲੈਂਦੇ ਗੱਲ ਬੇਰੇ ਨਾਲ। ਕੋਈ ਨਾ ਜੱਗੀ, ਸ਼ਾਮ ਨੂੰ ਜੇ ਕਾਲ ਕੀਤੀ ਨਾ, ਫਿਰ ਮੈਂ ਤੇਰੀ ਵੀ ਗੱਲ ਕਰਾ ਦੂੰਗੀ। ਪੱਕੀ ਕਰਾਈ ਭੁੱਲਣਾ ਚਾਹੀਏ ਭਾਬੀ, ਦੇਖ ਲੈ ਫਿਰ। ਨਹੀਂ, ਮੈਂ ਨਹੀਂ ਭੁੱਲਦੀ ਹੈਗੀ। ਉਹ ਕੰਮ ਤੋਂ ਯਾਦ ਆਇਆ, ਬੇਰੇ ਨਾਲ ਕੰਮ ਵਧੀਆ ਮਿਲ ਗਿਆ ਉੱਥੇ? ਹਾਂ ਹਾਂ ਕੰਮ ਤਾਂ ਵਧੀਆ ਹੀ ਮਿਲ ਗਿਆ ਉਹਨਾਂ ਨੂੰ, ਪਰ ਹੁਣ ਕੰਮ ਤੇ ਗਏ ਹੈਗੇ। ਕਹਿੰਦੇ ਤਾਂ ਕਹਿੰਦੇ ਮੈਂ ਸ਼ਾਮ ਨੂੰ ਕਾਲ ਕਰੂੰਗਾ, ਫਿਰ ਤੂੰ ਗੱਲ ਕਰ ਲਈ। ਮੇਰੀ ਗੱਲ ਵੀ ਨਹੀਂ ਹੋਈ ਬੇਰੇ ਨਾਲ, ਨਹੀਂ ਮੈਂ ਪੁੱਛਣਾ ਤਾਂ ਬਈ ਵੀਰ ਕੰਮ ਕਿੱਦਾਂ ਦਾ ਹੈ, ਕਿਵੇਂ ਕਿਆ ਹੈ। ਮਿਲ ਜੂਗਾ ਮਿਲ ਜੂਗਾ, ਕੋਈ ਨਾ, ਕੰਮ ਤਾਂ ਬਥੇਰਾ ਮਿਲ ਜੂਗਾ ਉਹਨੂੰ, ਮੈਨੂੰ ਪਤਾ ਮੇਰਾ ਪੁੱਤ ਦਾ ਕੰਮ ਹੈ ਬਥੇਰਾ। ਉਹ ਭਰਾ ਕਿੱਦਾਂ, ਉਹ ਮਿਹਨਤ ਵੇਲੇ ਕਿੱਦਾਂ, ਉਹ ਤਾਂ ਵੀ ਬਾਹਰ ਗਿਆ, ਉਹ ਮਿਹਨਤ ਕਰਨ ਵਾਸਤੇ ਗਿਆ ਬਾਹਰ ਉਹ। ਹਾਂ, ਦੇਖਿਓ ਕਿਹਦੀਆਂ ਗੱਲਾਂ ਕਰੀ ਜਾਂਦੇ ਹੋ, ਮੈਨੂੰ ਵੀ ਦੱਸ ਦਿਓ, ਕੌਣ ਮਿਲ ਜੂਗਾ? ਉਹ ਕੁਛ ਨਹੀਂ ਕੁਛ ਨਹੀਂ, ਉਹ ਤਾਂ ਵੀਰ ਦੀ ਗੱਲ ਕਰਦੇ ਸੀ ਕੰਮ ਲਈ। ਤੂੰ ਕੀ ਸਮਝੀ ਸੀ? ਮੈਂ ਕੀ ਸਮਝਣਾ, ਮੈਂ ਕਿਹਾ ਪਤਾ ਨਹੀਂ ਇਕੱਲੇ ਬੈਠੇ ਕਿਹਦੀਆਂ ਗੱਲਾਂ ਕਰੀ ਜਾਂਦੇ ਨੇ। ਦੀਦੀ ਮਿਲ ਗਿਆ ਕੰਮ? ਹਾਂ ਮਿਲ ਗਿਆ ਗਗਨ, ਕੰਮ ਦਾ। ਅੱਛਾ ਚਲੋ ਵਧੀਆ ਹੋਇਆ ਫਿਰ ਤਾਂ। ਜੀ ਮੇਰੀ ਗੱਲ ਸੁਣਿਓ ਮਾੜਾ ਜਿਹਾ, ਇੱਕ ਮਿੰਟ। ਕੀ ਗੱਲ ਕਰਨੀ ਹੈ, ਇੱਥੇ ਕਰ ਲਾ। ਮੈਨੂੰ ਨਾ ਕਾਗਜ਼ ਪੱਤਰ ਜੇ ਪਤਾ ਨਹੀਂ ਲੱਗ ਰਿਹਾ ਵੀ ਜ਼ਰੂਰੀ ਨੇ ਕਿ ਨਹੀਂ, ਤੁਸੀਂ ਦੇਖ ਲਓ ਇੱਕ ਮਿੰਟ ਮਾੜਾ ਜਿਹਾ। ਆਏ ਮੰਮੀ, ਮੇਰੀ ਗੱਲ ਸੁਣ ਲੈ। ਸੁਣ ਲੈ ਪੁੱਤ, ਚਲਾ ਜਾ। ਕਿਹੜੀ ਗੱਲ ਨਹੀਂ ਲੱਭਦੇ ਹੁੰਦਾ ਸੁਣ? ਕਾਗਜ਼ ਪੱਤਰ ਸਾਰੇ ਮੇਰੇ ਕੋਲ ਨੇ, ਕੋਈ ਮੈਨੂੰ ਲੱਭਣ ਦੀ ਜ਼ਰੂਰਤ ਨਹੀਂ ਹੈਗੀ ਨਾ। ਮੈਨੂੰ ਤੁਸੀਂ ਇੱਕ ਮਿੰਟ ਗੱਲ ਦੱਸੋ, ਤੁਹਾਨੂੰ ਬੜਾ ਹੇਜ ਨਹੀਂ ਮਾਰਦਾ ਆਪਦੇ ਭਾਈ ਦਾ? ਉਹ ਮੇਰਾ ਭਰਾ ਏ, ਮੈਨੂੰ ਚਿੰਤਾ ਨਹੀਂ ਆਉਗੀ ਮੈਨੂੰ? ਹਾਂ ਤੁਹਾਨੂੰ ਇਕੱਲਿਆਂ ਨੂੰ ਹੀ ਚਿੰਤਾ, ਹੋਰ ਕਿਸੇ ਨੂੰ ਤਾਂ ਚਿੰਤਾ ਹੈ ਨਹੀਂ ਨਾ। ਤੁਹਾਨੂੰ ਕੀ ਲੋੜ ਪਈ ਸੀ ਭਾਬੀ ਨੂੰ ਇਹ ਗੱਲ ਕਹਿਣ ਦੀ, ਅਖੇ ਆਪਦੇ ਫੋਨ ਤੋਂ ਮੇਰੀ ਗੱਲ ਕਰਾ ਦੇ, ਤੁਹਾਡੇ ਕੋਲ ਫੋਨ ਨਹੀਂ ਹੈਗਾ? ਫੋਨ ਤਾਂ ਮੇਰੇ ਕੋਲ ਹੈਗਾ, ਜੇ ਪੁੱਛਿਆ ਤਾਂ ਫਿਰ ਕੀ ਹੋ ਗਿਆ, ਤੂੰ ਵੀ ਜ਼ਿਆਦਾ ਬੋਲੀ ਜਾਂਦੀ ਹੈ। ਜ਼ਿਆਦਾ ਨਹੀਂ ਮੈਂ ਬੋਲ ਰਹੀ ਹੈਗੀ, ਠੀਕ ਹੈ? ਗੱਲ ਮੇਰੀ ਕੰਨ ਖੋਲ ਕੇ ਸੁਣ ਲਓ, ਨਾਲੇ ਜੇ ਭਾਈ ਨੂੰ ਤੁਹਾਡੇ ਨੂੰ ਇੰਨੀ ਚਿੰਤਾ ਹੁੰਦੀ ਨਾ, ਤੁਹਾਡੀ ਨੰਬਰ ਉਹਦੇ ਕੋਲ ਵੀ ਹੈ ਤੁਹਾਡਾ, ਜਾਂ ਆਪਦੇ ਫੋਨ ਤੋਂ ਫੋਨ ਕਰ ਲੈਂਦੇ ਤੁਸੀਂ? ਮੇਰਾ ਵੱਡਾ ਭਰਾ ਹੈ, ਚਿੰਤਾ ਨਹੀਂ ਤੁਹਾਡੇ ਭਰਾ ਨੂੰ, ਜੇ ਮੈਂ ਫੋਨ ਵੀ ਪੁੱਛ ਲਿਆ ਫਿਰ ਚਾਹੋ ਗਿਆ। ਸਾਰਾ ਹੀ ਪਤਾ ਮੈਨੂੰ, ਉਹੀ ਉਹਨੂੰ ਸਿਰ ਚੜਾਇਆ ਹੋਇਆ, ਦੁਨੀਆ ਦੇ ਹੀ ਬੰਦੇ ਬਾਹਰ ਜਾਂਦੇ ਨੇ, ਉਹਦਾ ਕਿਹੜਾ ਇਕੱਲੀ ਦਾ ਗਿਆ। ਉਹ ਮੰਮੀ ਆ, ਉਹਨੂੰ ਬੰਦਾ ਬਾਹਰ ਗਿਆ, ਉਹਦਾ ਘਰ ਵਾਲਾ ਬਾਹਰ ਗਿਆ, ਉਹਨੂੰ ਐਂ ਆ ਜੀ ਨਹੀਂ ਲੱਗਦਾ, ਉੱਪਰੋਂ ਦੀ ਤੂੰ ਹੌਲੀ ਬੋਲ, ਹੌਲੀ ਬੋਲ ਰਹੀ ਹਾਂ ਮੈਂ। ਬੈਠੇ ਜੇ ਸੁਣ ਲਿਆ ਫਿਰ, ਹਾਂ ਸੁਣ ਲਿਆ ਫਿਰ, ਸੁਣ ਲਿਆ ਮੈਂ ਕਿਹੜਾ ਝੂਠ ਬੋਲਦੀ ਹਾਂ ਫਿਰ।
ਨਾਲੇ ਗੱਲ ਸੁਣ ਲਓ ਮੇਰੀ, ਹੁਣ ਮੈਂ ਤੁਹਾਨੂੰ ਆਖਰੀ ਵਾਰ ਸਮਝਾ ਰਹੀ ਹਾਂ, ਬਾਲਾ ਸਿਰ ਤੇ ਚੜਾਉਣ ਦੀ ਲੋੜ ਨਹੀਂ ਹੈਗੀ, ਠੀਕ ਹੈ? ਤਾਂ ਠੀਕ ਹੈ, ਹਾਂ ਤੂੰ ਖੁਸ਼ ਚਾਹੀਦੀ ਬਸ, ਖੁਸ਼ ਚਾਹੀਦੀ ਆ ਨਾਲੇ, ਹੋਰ ਹੁਣ ਕਰਕੇ ਦਿਖਾਈ ਤੂੰ ਮੈਨੂੰ ਗੱਲ ਉਹਦੇ ਨਾਲ। ਮੇਰਾ ਭਰਾ, ਇਹਨੂੰ ਕੀ ਤਕਲੀਫ ਹੁੰਦੀ ਆ? ਇਹ ਮੈਂ ਨਹੀਂ ਪੁੱਛੂੰਗਾ ਵੀ ਭਰਾ ਦਾ ਹਾਲ, ਦੇਖੋ ਕੌਣ ਪੁੱਛੂਗਾ, ਪੜੋਸੀ ਪੁੱਛੂਗੇ ਜਾਂ ਤੇਰਾ ਭਰਾ ਪੁੱਛੂਗਾ ਹਾਲ? ਸਾਂਭੀ ਜਾਂਦੀ ਹੈ। ਦੀਦੀ, ਦੀਦੀ ਕੀ ਹੋ ਗਿਆ? ਕੁਛ ਨਹੀਂ ਗਗਨ। ਅੱਛਾ, ਮੈਂ ਤੁਹਾਨੂੰ ਇਹ ਕਹਿੰਦੀ ਸੀ, ਮੈਂ ਸਬਜ਼ੀ ਸੁਬਜ਼ੀ ਕੱਟ ਲੈਂਦੀ ਹਾਂ, ਮੈਂ ਸਬਜ਼ੀ ਬਣਾ ਲੈਂਦੀ ਹਾਂ, ਤੁਸੀਂ ਆਟਾ ਗੁੰਨ ਲੈਂਦੇ ਫਿਰ ਰੋਟੀ ਆਪਾਂ ਇਕੱਠੇ ਬਣਾ ਲੈਂਦੇ। ਕੋਈ ਨਾ ਗਗਨ, ਤੂੰ ਸਬਜ਼ੀ ਧਰ ਲਾ, ਹਜੇ ਮੇਰਾ ਮਨ ਜੇ ਠੀਕ ਹੈਗਾ, ਮੈਂ ਆਟਾ ਗੁੰਨ ਲਊਂਗੀ। ਦੀਦੀ ਰੋਟੀ ਦਾ ਟਾਈਮ ਹੋਇਆ ਪਿਆ, ਮੈਂ ਤਾਂ ਕਹਿੰਦੀ ਸੀ ਤੁਹਾਨੂੰ ਵੀ ਰਲ ਮਿਲ ਕੇ ਆਪਾਂ ਕੰਮ ਨਿਬੇੜ ਦਿੰਦੇ, ਛੇਤੀ ਨਿਬੜ ਜਾਂਦਾ। ਕੋਈ ਨਾ ਗਗਨ, ਮੈਂ ਗੁੰਨ ਦਿੰਦੀ ਹੈਗੀ, ਤੂੰ ਇੰਨੇ ਸਬਜ਼ੀ ਤਾਂ ਧਰ। ਚਲੋ ਕੋਈ ਗੱਲ ਨਹੀਂ। ਗਗਨ ਮੇਰੀ ਗੱਲ ਸੁਣ ਪੁੱਤ, ਗੁਰਿੰਦਰ ਨੂੰ ਗਏ ਨੂੰ ਹਜੇ ਬਹੁਤੇ ਟਾਈਮ ਨਹੀਂ ਹੋਇਆ ਹੈਗਾ, ਇਹਦੇ ਕਰਕੇ ਇਹਦਾ ਮਨ ਉਦਾਸ ਹੈ, ਇਹਦਾ ਜੀ ਨਹੀਂ ਲੱਗਦਾ। ਕੋਈ ਨਾ ਮੈਂ ਕਰਾ ਦੂੰਗੀ ਪੁੱਤ ਤੇਰੇ ਨਾਲ ਕੰਮ, ਇਹਨੂੰ ਨਾ ਨਾ। ਕੋਈ ਨਾ ਮੰਮੀ, ਆਟਾ ਤਾਂ ਮੈਂ ਗੁੰਨ ਦਿੰਦੀ ਹੈਗੀ, ਕੋਈ ਨਾ ਜੋ ਠਹਿਰ ਕੇ ਗੁੰਨ ਦਿੰਦੀ ਹੈਗੀ। ਚੱਲ ਮੈਨੂੰ ਪਤਾ ਪੁੱਤ ਤੇਰਾ ਦਿਲ ਹਜੇ ਠੀਕ ਨਹੀਂ ਹੈਗਾ, ਗਗਨ ਪਤਾ ਕੀ ਹੈ ਇਹਨਾਂ ਦਾ ਪਿਆਰ ਬਹੁਤ, ਦੋਵੇਂ ਜਣੇ ਕਦੇ ਅੱਡ ਅੱਡ ਰਹੇ ਨਹੀਂ ਹੈਗੇ। ਕੋਈ ਗੱਲ ਨਹੀਂ ਭਾਈ, ਜਿਵੇਂ ਤੁਹਾਡੀ ਮਰਜ਼ੀ, ਤੁਸੀਂ ਕਰਾ ਦਿਓ। ਕੋਈ ਨਾ ਪੁੱਤ ਮੈਂ ਕਰਾ ਦੇਣੀ ਹੈ। ਪੁੱਤ ਕਰਮਜੀਤ ਦੇਖੀ, ਤੂੰ ਆਪਣਾ ਮਨ ਨਾ ਅਰਦਾਸ ਕਰ ਪੁੱਤ, ਤੂੰ ਫੋਨ 'ਤੇ ਗੱਲ ਕਰ ਲਿਆ ਕਰ, ਜਿੰਨਾ ਚਿਰ ਮਰਜ਼ੀ ਕਰ ਲੈ, ਵੀਡੀਓ ਕਾਲ ਕਰ ਲਈ। ਅੱਛਾ, ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਧੀਏ ਮੈਨੂੰ ਦੱਸ ਦਿਆ ਕਰ, ਮੈਂ ਆਪੇ ਤੈਨੂੰ ਲਿਆ ਕੇ ਦਊਂਗੀ ਸਾਰੀ ਚੀਜ਼। ਅੱਛਾ, ਨਾਲੇ ਤੂੰ ਗੁਰਿੰਦਰ ਦਾ ਬਹੁਤਾ ਫਿਕਰ ਨਾ ਕਰ ਪੁੱਤ। ਉਹ ਤਾਂ ਮੰਮੀ ਕੋਈ ਗੱਲ ਨਹੀਂ, ਮੈਂ ਕਰ ਦਿੰਦੀ ਹਾਂ ਕੰਮ ਤਾਂ, ਦੇਖਿਓ ਗਗਨ ਮੂੰਹ ਜਿਹਾ ਬਣਾ ਕੇ ਲੰਘ ਗਈ, ਫਿਰ ਕਹੂਗੀ ਵੀ ਮੰਮੀ ਉਹਦਾ ਕੰਮ ਤਾਂ ਕਰੀ ਜਾਂਦੇ, ਮੇਰੇ ਨਾਲ ਹੱਥ ਨਹੀਂ ਲਵਾਉਂਦੀ ਹੈਗੀ। ਉਹ ਚੱਲ ਕੋਈ ਨਾ ਪੁੱਤ, ਮੈਨੂੰ ਤੇਰੇ ਵੀ ਸੁਭਾਅ ਦਾ ਪਤਾ ਵੀ ਤੇਰਾ ਸੁਭਾਅ ਕਿਹਾ ਜਾ, ਮੈਂ ਗਗਨ ਨੂੰ ਵੀ ਜਾਣਦੀ ਹਾਂ ਵੀ ਉਹਦਾ ਸੁਭਾਅ ਕਿਹਾ ਜਾ, ਇਹ ਗੱਲ ਦਾ ਨਾ ਤੂੰ ਫਿਕਰ ਕਰ ਪੁੱਤ, ਮੈਂ ਆਪੇ ਸਮਝਾ ਦੂੰਗੀ ਉਹਨੂੰ। ਮੈਨੂੰ ਪਤਾ ਤੁਸੀਂ ਦੋਵੇਂ ਜਣੇ ਕਦੇ ਦੂਰ ਦੂਰ ਰਹੇ ਨਹੀਂ ਹੈਗੇ, ਕੋਈ ਨਾ ਮੇਰਾ ਪੁੱਤ, ਠੀਕ ਹੈ, ਹੌਸਲੇ ਨਾਲ ਰਹਿੰਦੇ ਹੁੰਦੇ ਨੇ। ਚੱਲ ਮੈਂ ਸਮਝਾਉਂਦੀ ਹਾਂ ਗਗਨ ਨੂੰ। ਦੱਸ ਮੰਮੀ ਵਿਚਾਰੇ ਕਿੰਨੇ ਚੰਗੇ ਹੈਗੇ, ਗਗਨ ਨੂੰ ਕਹਿੰਦੇ ਮੈਂ ਆਪ ਕੰਮ ਕਰ ਦਿੰਦੀ ਹੈਗੀ, ਅੱਜ ਪਤਾ ਨਹੀਂ ਕਿਉਂ ਮੰਨ ਜਾਣਾ, ਔਖੜ ਔਖੜਾ ਜਿਹਾ ਹੋਇਆ ਪਿਆ, ਚੀਜ਼ ਹੀ ਨਹੀਂ ਲੱਗ ਰਿਹਾ ਹੈਗਾ। ਦੇਖੂਗੀ ਬੱਬੀ ਘੋੜੇ ਨਾ ਪੇਕੀ ਗੇੜਾ ਮਾਰ ਕੇ ਆਉਂਗੀ। ਲੈ ਦੱਸ, ਹੁਣ ਆਹ ਭਾਂਡਿਆਂ ਦਾ ਢੇਰ ਲੱਗਿਆ ਪਿਆ, ਖਾ ਖਾ ਕੇ ਸਿੱਟੀ ਜਾਂਦੇ ਨੇ, ਮਾਂਜਣ ਦਾ ਕੋਈ ਨਾਂ ਨਹੀਂ ਲੈਂਦਾ। ਉਹ ਦੇਖ ਲਓ ਨਵੀਂ ਗੱਲ, ਆਖੇ ਇਹਦਾ ਤਾਂ ਘਰ ਵਾਲਾ ਬਾਹਰ ਗਿਆ ਹੈ, ਨਾ ਲੋਕਾਂ ਦੇ ਕਿਹੜਾ ਬਾਹਰ ਨਹੀਂ ਜਾਂਦੇ ਹੈਗੇ, ਇਹਦਾ ਕਿਹੜਾ ਨਵਾਂ ਹੀ ਗਿਆ, ਉਈਓ ਹਊਆ ਬਣਾ ਰੱਖਿਆ ਮਾੜੀ ਜਿਹੀ ਗੱਲ ਦਾ, ਕੰਮ ਕਰਨ ਤੋਂ ਟੱਟਦੀ ਮਾਰੀ, ਸਾਰਾ ਹੀ ਪਤਾ ਮੈਨੂੰ। ਪੁੱਤ ਗਗਨ ਕੀ ਕਰਦੀ ਹੈ? ਤੁਹਾਡੇ ਸਾਹਮਣੇ ਆ ਮੰਮੀ ਜੀ, ਭਾਂਡੇ ਮਾਂਜ ਰਹੀ ਹਾਂ, ਜਿਹੜੇ ਖਾ ਖਾ ਕੇ ਢੇਰ ਲਾਇਆ ਪਿਆ। ਪੁੱਤ ਕੋਈ ਨਾ, ਮੈਂ ਕਰਾ ਦਿੰਦੀ ਤੇਰੇ ਨਾਲ ਕੰਮ, ਚੱਕ ਦਿੰਦੀ ਹਾਂ ਮੈਂ ਭਾਂਡੇ। ਰਹਿਣ ਦਿਓ ਮੰਮੀ ਜੀ, ਤੁਸੀਂ ਵੀ। ਦੇਖ ਮੇਰੀ ਗੱਲ ਸੁਣੋ ਪੁੱਤ, ਗੁੱਸਾ ਨਹੀਂ ਕਰਦੇ ਹੁੰਦੇ, ਦੇਖੀ ਤੈਨੂੰ ਪਤਾ ਹੀ ਹੈ ਕੁੜੇ ਉਦੋਂ ਗੁਰਿੰਦਰ ਕਰਕੇ ਜੀ ਨਹੀਂ ਲੱਗਦਾ। ਮੰਮੀ ਜੀ ਮੈਂ ਬਹੁਤ ਵਾਰ ਇਹ ਗੱਲ ਸੁਣ ਚੁੱਕੀ ਹਾਂ, ਮੈਂ ਇਰੀਟੇਟ ਹੋ ਚੁੱਕੀ ਹਾਂ, ਲੋਕਾਂ ਦੇ ਬੰਦੇ ਕਿਹੜਾ ਬਾਹਰ ਨਹੀਂ ਜਾਂਦੇ, ਕੋਈ ਨਵਾਂ ਹੀ ਬਾਹਰ ਗਿਆ ਬਾਈ। ਪੁੱਤ ਫਿਰ ਤੂੰ ਸਮਝ ਗੱਲ, ਉਹਦਾ ਦਿਲ ਨਹੀਂ ਲੱਗਦਾ ਹਜੇ, ਮੈਂ ਕਰਾ ਦੂੰਗੀ ਤੇਰੇ ਨਾਲ ਬਥੇਰਾ ਕੰਮ, ਮੈਂ ਗੁੱਸਾ ਨਹੀਂ ਕਰਦੇ ਹੁੰਦੇ। ਮੰਮੀ ਜੀ ਤੁਹਾਡਾ ਵੀ ਤਾਂ ਪੁੱਤ ਬਾਹਰ ਗਿਆ, ਫਿਰ ਤਾਂ ਤੁਸੀਂ ਵੀ ਸਿਰ ਬੰਨ ਕੇ ਬਹਿ ਜਾਓ ਵੀ ਮੇਰਾ ਪੁੱਤ ਬਾਹਰ ਗਿਆ। ਨਹੀਂ ਚੱਲ ਕੁੜੇ ਨਿਆਣੇ ਆ, ਹੋ ਐਂ ਨਹੀਂ ਕਰਦੇ ਹੁੰਦੇ। ਹਾਏ ਹਾਏ ਮੰਮੀ ਜੀ, ਮੇਰੇ ਨਾਲ ਤਾਂ ਉਹਨਾਂ ਦਾ ਵਿਆਹ ਪਹਿਲਾਂ ਹੀ ਹੋਇਆ, ਪੇਕਿਆਂ ਤੋਂ ਨਹੀਂ ਆਏ ਹੈਗੇ ਐਡੇ ਵੱਡੇ ਹੋ ਕੇ ਉਹ। ਪੁੱਤ ਮੈਨੂੰ ਤੂੰ ਵੀ ਪਿਆਰੀ ਆ, ਮੈਨੂੰ ਉਹ ਵੀ ਪਿਆਰੀ ਆ, ਮੈਂ ਤਾਂ ਮੁੰਡੇ ਦੇ ਬਾਹਰ ਜਾਣ ਕਰਕੇ ਉਹਦੀ ਤਰਫਦਾਰੀ ਮਾੜੀ ਮੋਟੀ ਤਾਂ ਕਰਦੇ ਆ ਵੀ ਚੱਲ ਉਹਨੂੰ ਮਹਿਸੂਸ ਨਾ ਹੋਵੇ ਵੀ ਮੈਂ ਇੱਥੇ ਇਕੱਲੀ ਆ। ਉਹ ਵੀ ਮਹਿਸੂਸ ਹੋਣ ਨੂੰ ਕੀ ਹੋਇਆ ਪਿਆ, ਫੋਨ ਹੈਗਾ, ਵੀਡੀਓ ਕਾਲ ਕਰੋ ਚਾਹੇ ਗੱਲ ਕਰੋ, 24 ਘੰਟੇ ਕੰਨ ਤੇ ਫੋਨ ਲੱਗਿਆ ਰਹਿੰਦਾ, ਹਲੇ ਮਹਿਸੂਸ ਰਹਿ ਹੀ ਗਿਆ। ਕੋਈ ਨਾ ਪੁੱਤ ਕੋਈ ਨਾ, ਐਂ ਨਹੀਂ ਕਰਦੇ ਹੁੰਦੇ, ਜਾ ਮੈਂ ਕਰ ਲੈਂਦਾ ਕੰਮ, ਜਾ ਤੂੰ ਬਹਿ ਜਾ ਫਿਰ ਜਾ। ਮੰਮੀ ਜੀ ਮੈਂ ਆਪੀ ਮਾਜ ਦੂੰਗੀ।
ਆਪ ਹੀ ਕਰ ਲੂ ਮੈਂ ਕੰਮ, ਤੁਸੀਂ ਜਾਓ ਬਸ। ਪੁੱਤ ਤੂੰ ਤਾਂ ਦੇਖੀ ਗੁੱਸਾ ਕਰ ਲੈਂਦੀ ਐ, ਗੁੱਸਾ ਨਾ ਕਰਿਆ ਕਰ ਤੂੰ ਗਗਨ, ਮੈਨੂੰ ਪੁੱਤ ਦੋਹਾਂ 'ਚ ਫਰਕ ਨਹੀਂ ਹੈਗਾ। ਮੰਮੀ ਜੀ ਫਿਰ ਗੁੱਸਾ ਕਰਨ ਵਾਲੀ ਗੱਲ ਆ, ਮੈਨੂੰ ਸਾਰਾ ਪਤਾ ਕੰਮ ਤੋਂ ਟਲਦੇ ਮਾਰੇ ਕਰਦੇ ਨੇ ਉਹ, ਕੋਈ ਚੱਕਰ ਨਹੀਂ ਮੈਂ ਆਪ ਹੀ ਨਿਬੇੜ ਲੂ ਕੰਮ, ਤੁਸੀਂ ਜਾਓ। ਦੱਸ ਸੱਚੀ ਇਹ ਵੀ ਬਹੂ ਦਾ ਪਤਾ ਨਹੀਂ ਕੁਛ ਨਹੀਂ ਲੱਗਦਾ ਹੈਗਾ ਵੀ ਇਹ ਕਰਦੀ ਕੀ ਹੈ, ਕਿੱਡਾ ਮੂੰਹ ਬਣਾ ਕੇ ਬਹਿ ਗਈ ਦੱਸ। ਆਖੇ ਸਭ ਦੇ ਘਰ ਵਾਲੇ ਜਾਂਦੇ ਨੇ, ਜਿੱਦਾਂ ਤੇਰਾ ਘਰ ਵਾਲਾ ਦੇਖੀ ਤੂੰ ਇੱਥੇ ਬੁੱਕਦੀ ਫਿਰਦੀ। ਮੰਮੀ ਜੀ ਮੈਨੂੰ ਕੋਈ ਇੰਨਾ ਹੇਜ ਨਹੀਂ ਹੈਗਾ, ਲੋਕਾਂ ਦੇ ਵੀ ਜਾਂਦੇ ਨੇ। ਮਾੜੀ ਜਿਹੀ ਗੱਲ, ਐਡੀ ਵੱਡੀ ਗੱਲ ਬਣਾ ਰੱਖੀ ਆ, ਕਿੰਨੇ ਦਿਨ ਹੋ ਗਏ ਮੈਨੂੰ ਸੁਣਦੀ ਨੂੰ। ਉਹਦਾ ਮਨ ਨਹੀਂ ਲੱਗਦਾ, ਉਹਦਾ ਐਂ ਨਹੀਂ ਹੁੰਦਾ ਹੈਗਾ, ਗੁਰਿੰਦਰ ਬਾਹਰ ਗਿਆ, ਫਿਰ ਕੀ ਹੋ ਗਿਆ? ਫੋਨ ਵੀ ਨਹੀਂ ਲੱਗ ਰਿਹਾ ਉਹਨਾਂ ਦਾ, ਪਤਾ ਨਹੀਂ ਕੀ ਹੋ ਰਿਹਾ, ਰਿੰਗ ਵੀ ਨਹੀਂ ਜਾਂਦੀ ਹੈਗੀ। ਕਿੰਨੇ ਦਿਨ ਹੋ ਗਏ ਦੇਖੀ ਫੋਨ ਆਏ ਨੂੰ, ਪਤਾ ਨਹੀਂ ਕਿਉਂ ਨਹੀਂ ਕਰ ਰਹੇ ਹੈਗੇ। ਸੁੱਖ ਹੋਵੇ ਬਸ, ਹੁਣ ਤਾਂ ਉੱਥੇ ਦੁਬਾਰਾ ਲਾ ਕੇ ਦੇਖਾਂ, ਟੈਨਸ਼ਨ ਹੋਈ ਪਈ ਹੈ। ਕਰਮਜੀਤ ਕੀ ਕਰਦੀ ਆ ਪੁੱਤ? ਮੰਮੀ ਉਹਨਾਂ ਨੂੰ ਫੋਨ ਲਾ ਰਹੀ ਸੀ, ਦੇਖੀ ਫੋਨ ਹੀ ਨਹੀਂ ਲੱਗ ਰਿਹਾ ਹੈਗਾ ਉਹਨਾਂ ਦਾ। ਫੋਨ ਨਹੀਂ ਲੱਗਦਾ? ਕਦ ਕਦਾਂ ਨਹੀਂ ਲੱਗਦਾ? 4-5 ਦਿਨ ਹੋ ਗਏ ਮੰਮੀ ਉਹਨਾਂ ਦਾ ਫੋਨ ਆਏ ਨੂੰ, ਦੇਖੀ ਮੁੜ ਕੇ ਉਹਨਾਂ ਦਾ ਫੋਨ ਵੀ ਨਹੀਂ ਆਇਆ ਹੈਗਾ। ਮੈਂ ਤਾਂ ਟੈਨਸ਼ਨ ਜੀ ਹੋਈ ਪਈ ਹੈਗੀ। ਕੋਈ ਨਾ ਪੁੱਤ, ਤੂੰ ਨਾ ਘਬਰਾ, ਆਜੂਗਾ ਬਥੇਰਾ, ਕਿਤੇ ਕੰਮ ਕੁੰਮ ਕਰਦਾ ਹੋਣਾ, ਉਹਦਾ ਟਾਈਮ ਨਹੀਂ ਲੱਗਿਆ ਹੋਣਾ। ਨਹੀਂ ਮੰਮੀ, ਅੱਗੇ ਤਾਂ ਰੋਜ਼ ਫੋਨ ਕਰ ਲੈਂਦੇ ਨੇ। ਚੱਲ ਪੁੱਤ ਕੋਈ ਨਾ, ਤੂੰ ਕਾਹਨੂੰ ਫਿਕਰ ਕਰਦੀ ਹੈ, ਕੋਈ ਨਾ ਮੈਂ ਉਹਨੂੰ ਪੁੱਛਦੀ ਹਾਂ, ਕਰਕੇ ਦੇਖੂਗਾ ਕੋਈ ਇੰਤਜ਼ਾਮ, ਕਿਸੇ ਮੁੰਡੇ ਮਾਂਡੇ ਨੂੰ ਜਾਣਦਾ ਹੋਊਗਾ ਜੱਗੀ ਨੂੰ। ਜੱਗੀ? ਹਾਂ ਮੰਮੀ, ਉਹਨੂੰ ਦੇਖਦੇ ਆ। ਉਹ ਲਿਆ ਜਾਣਦਾ ਹੀ ਹੋਵੇ। ਗੱਲ ਸੁਣੋ ਪੁੱਤ, ਉਰੇ ਆ ਕੇ। ਹਾਂਜੀ ਹਾਂਜੀ। ਦੇਖੀ ਤੇਰੀ ਭਾਬੀ ਕਹਿੰਦੀ ਗੁਰਿੰਦਰ ਦਾ ਕੋਈ ਫੋਨ ਨਹੀਂ ਆਇਆ, 2-3 ਦਿਨ ਹੋ ਗਏ। ਪੁੱਤ ਕੋਈ ਕਰ ਇੰਤਜ਼ਾਮ, ਕਿਸੇ ਨੂੰ ਕਰ ਪਤਾ। ਤੂੰ ਇਹ ਘਾਬੜੀ ਜਾਂਦੇ ਆ, ਉਹ ਭਾਬੀ ਜੀ ਕਈ ਵਾਰ ਬੰਦਾ ਬਿਜ਼ੀ ਹੁੰਦਾ ਕਈ ਵਾਰ। ਮੈਂ ਤਾਂ ਕਿਹਾ ਪੁੱਤੇ ਨੂੰ। ਨਹੀਂ ਜੱਗੀ, 4-5 ਦਿਨ ਹੋ ਗਏ, ਨਹੀਂ ਤਾਂ ਰੋਜ਼ ਕਰ ਲੈਂਦਾ ਤੇਰੇ ਵੀਰਾ ਫੋਨ। ਮੈਨੂੰ ਵੀ ਟੈਨਸ਼ਨ ਜੀ ਹੋਈ ਪਈ ਹੈ। ਬੀ ਜੀ ਟੈਨਸ਼ਨ ਨਾ ਲਓ, ਮੈਂ ਕਰਕੇ ਦੇਖਦਾ। ਉਹ ਕਿਹੜਾ ਵੀਰ ਨਾ ਮੁੰਡਾ ਨਹੀਂ ਕਹਿੰਦੀਗਾ ਉਹ ਦੋਸਤ ਦਾ? ਹਾਂ ਮੇਰਾ ਉਹਦਾ ਨੰਬਰ ਆ ਮੇਰੇ ਕੋਲ। ਅੱਛਾ ਅੱਛਾ, ਮੈਂ ਉਹਨੂੰ ਪੁੱਛਣਾ ਫੋਨ ਕਰਕੇ। ਹਾਂ ਹਾਂ ਪੁੱਤ, ਦੇਖ ਕਰਕੇ। ਠੀਕ ਹੈ ਨਾ, ਦੇਖ ਲੈ, ਨਹੀਂ ਮੈਨੂੰ ਦੇ ਦੇਣਾ। ਮੈਂ ਵੀ ਘਾਬਰ, ਮੈਂ ਕਰਦਾ ਗੱਲ। ਹਾਂ ਫੋਨ ਕਰਦਾ ਉਹਨੂੰ ਮੈਂ। ਚੱਲ ਪੁੱਤ ਤੂੰ ਨਾ ਫਿਕਰ ਕਰ, ਪਰ ਇੱਕ ਗੱਲ ਹੈ, ਗੁਰਿੰਦਰ ਇੰਨੀ ਘੌਲ ਤਾਂ ਕਰਦਾ ਨਹੀਂ ਹੈਗਾ, ਉਹਨੂੰ ਪਤਾ ਵੀ ਮੇਰਾ ਟੱਬਰ ਫਿਕਰ ਕਰੂਗਾ। ਹੋਰ ਮੰਮੀ, ਅੱਗੇ ਤਾਂ ਰੋਜ਼ ਕਰ ਲੈਂਦੇ ਹੈਗੇ, ਪਤਾ ਨਹੀਂ ਕਿਉਂ ਨਹੀਂ ਫੋਨ ਕਰ ਰਹੇ ਹੈਗੇ। 4-5 ਦਿਨ ਹੋ ਗਏ ਮੰਮੀ। ਹਾਂ ਪਹਿਲਾਂ ਤਾਂ ਮੈਨੂੰ ਆਏ ਦੀ ਮਹਾਂ ਚੱਲ ਕੰਮ 'ਚ ਬੀਜੀ ਹੋਣਗੇ, ਪਰ ਇੰਨੇ ਦਿਨ ਲੱਗ ਗਏ ਫਿਰ ਤਾਂ ਟੈਨਸ਼ਨ ਜੀ ਹੋ ਹੀ ਜਾਂਦੀ ਹੈ। ਕੋਈ ਨਾ ਪੁੱਤ, ਆਹ ਕਰਕੇ ਦਿੰਦਾ ਪਤਾ। ਜੱਗੀ ਕਰ ਭਾਈ ਛੇਤੀ ਗੱਲ ਕਰਕੇ ਦੱਸ ਸਾਨੂੰ, ਤੂੰ ਐਂ ਕਹਿ ਦੇ ਉਹ ਦੋਸਤ ਨੂੰ, ਕਹਿ ਆਪਣੇ ਘਰੇ ਕਰੇ ਲਵੇ ਗੁਰਿੰਦਰ ਫੋਨ। ਕਰਮਜੀਤ, ਨਾਲੇ ਤੂੰ ਐਂ ਦੱਸਦੀ ਸੀ ਪੁੱਤ ਵੀ ਗੁਰਿੰਦਰ ਨੂੰ ਕੰਮ ਹੁਣ ਘਰ ਤੋਂ ਦੂਰ ਮਿਲਿਆ, ਕਈ ਵਾਰ ਐਂ ਹੋ ਜਾਂਦਾ ਰੇਂਜ ਰੂੰਜ ਨਹੀਂ ਆਉਂਦੀ ਹੁੰਦੀ, ਖਬਰੇ ਤਾਂ ਨਾ ਕਰਦਾ ਹੋਵੇ। ਮੰਮੀ ਉਹ ਤਾਂ ਗੱਲ ਸਹੀ ਹੈਗੀ ਤੁਹਾਡੀ, ਪਰ ਉੱਥੇ ਰੇਂਜ ਨਹੀਂ ਨਾ ਆਉਂਦੀ ਜਿੱਥੇ ਡਿਊਟੀ ਕਰਦੇ ਹੈਗੇ, ਘਰੇ ਆ ਕੇ ਤਾਂ ਕਰ ਹੀ ਸਕਦੇ ਹੈਗੇ ਫੋਨ, ਰਾਤ ਨੂੰ ਤਾਂ ਸ਼ਾਮ ਨੂੰ ਤਾਂ ਘਰ ਹੀ ਆਉਂਦੇ ਨੇ ਨਾ ਉਹ। ਤੇਰੀ ਗੱਲ ਇਹ ਵੀ ਠੀਕ ਹੈ ਪੁੱਤ, ਚੱਲ ਕੋਈ ਨਾ, ਕਰਕੇ ਦਿੰਦਾ ਪਤਾ ਆਪਾਂ ਨੂੰ, ਲੱਗ ਜੂਗਾ ਪਤਾ ਹੁਣ, ਪਰਮਾਤਮਾ ਸੁੱਖ ਰੱਖੂਗਾ। ਹੈਲੋ, ਜਗਤਾਰ ਵੀਰਾ ਬੋਲਦਾ, ਮੈਂ ਗੁਰਿੰਦਰ ਭਰਾ ਬੋਲਦਾ ਜੱਗੀ। ਗੁਰਿੰਦਰ ਬਾਰੇ ਪੁੱਛਣਾ ਸੀਗਾ ਜੀ, ਵੀਰ ਨੂੰ ਕਿਹਾ ਕਿ ਕਾਫੀ ਟਾਈਮ ਫੋਨ ਕੀਤਾ ਜੀ ਘਰ, ਹੋਰ ਨਾ ਮੰਮੀ ਨੂੰ ਬਹੁਤ ਚਿੰਤਾ ਹੋ ਰਹੀ ਹੈ ਵੀਰੇ ਦੀ। ਹੈਂ? ਉਹ ਨਹੀਂ ਨਹੀਂ ਵੀਰੇ, ਤੁਹਾਨੂੰ ਭੁਲੇਖਾ ਲੱਗਿਆ ਹੋਣਾ, ਮੇਰਾ ਵੀਰ ਇਹ ਜਿਹਾ ਕੰਮ ਨਹੀਂ ਕਰ ਸਕਦਾ ਹੈਗਾ। ਫੋਨ ਕੱਟ ਸਵਿਚ ਆਫ,
ਠੀਕ ਚੋ ਫਿਰ ਮੈਂ ਨਾ ਗੱਲ ਕਰਕੇ ਦੇਖਦਾ ਮੰਮੀ ਨਾਲ, ਪਰ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੇਰਾ ਭਰਾ ਆਹ ਕੰਮ ਕਰੂੰਗਾ। ਚੱਲ ਕੋਈ ਨਹੀਂ, ਮੈਂ ਕਰਦਾ ਗੱਲ ਮੰਮੀ ਨਾਲ। ਇਹ ਵੀ ਮੁੰਡਾ ਪਤਾ ਨਹੀਂ ਕੀ ਕਰੀ ਜਾਂਦਾ, ਕਿੰਨਾ ਟਾਈਮ ਲਾਤਾ ਜੱਗੀ ਨੇ। ਆ ਗਏ ਮੰਮੀ ਲੈ। ਹਾਂ ਪੁੱਤ, ਹੋ ਗਈ ਗੱਲ ਤੇਰੀ? ਉਹ ਮੈਂ ਗੱਲ ਕੀਤੀ ਸੀ ਮੰਮੀ। ਅੱਛਾ, ਉਹ ਤਾਂ ਕੁਝ ਹੋਰ ਬੋਲਦਾ। ਕੀ ਕਹਿੰਦਾ ਪੁੱਤ? ਸੁੱਖ ਵੀ ਹੈ ਕਹਿੰਦਾ, ਹੁਣ ਤੁਹਾਨੂੰ ਫੋਨ ਕਰਦਾ, ਉਹਨੇ ਵਿਆਹ ਦੂਆ ਕਰਾ ਲਿਆ ਬੇਟ ਦੇ ਬਾਹਰ। ਹੈ ਵਿਆਹ ਦੂਜਾ ਕਰਾ ਲਿਆ? ਇਹ ਤੁਸੀਂ ਕੀ ਕਹਿ ਰਹੇ ਹੋ? ਨਹੀਂ ਮੰਮੀ, ਭੁਲੇਖਾ ਲੱਗਿਆ ਹੋਣਾ, ਆਏ ਤਾਂ ਉਹ ਕਰ ਹੀ ਨਹੀਂ ਸਕਦੇ ਨਾਲੇ। ਹੈ ਪੁੱਤ, ਮੇਰਾ ਪੁੱਤ ਨਹੀਂ ਇਹੋ ਜਿਹਾ ਹੈਗਾ। ਪੁੱਤ ਤੂੰ ਨਾ ਫਿਕਰ ਕਰ, ਕੋਈ ਨਾ। ਲੈ ਮੰਮੀ, ਭੁਲੇਖਾ ਲੱਗ ਗਿਆ ਇਹਨੂੰ, ਮੈਂ ਕੀ ਫਿਕਰ ਕਰਨੀ। ਤੇਰੀ ਚੰਗੀ ਤਰ੍ਹਾਂ ਗੱਲ ਹੋਈ ਆ ਪੁੱਤ? ਮੈਂ ਹੋਈ ਆ, ਮੈਂ ਦੁਬਾਰਾ ਫੋਨ ਕੀਤਾ ਸੀਗਾ, ਬੰਦ ਸੀਗਾ, ਫਿਰ ਕੀਤਾ, ਫਿਰ ਬੰਦ ਆ ਰਿਹਾ ਸੀਗਾ। ਫਿਰ ਗੱਲ ਨਹੀਂ ਹੋਈ? ਗੱਲ ਨਹੀਂ ਹੋਈ ਮੰਮੀ। ਤੁਸੀਂ ਗੱਲ ਕਿਹਦੇ ਨਾਲ ਕਰੀਏ, ਕਿਹਨੇ ਦੱਸਿਆ ਤੁਹਾਨੂੰ? ਜਗਤਾਰ ਹੈ। ਹਾਏ ਰੱਬਾ, ਮੈਂ ਵੀ ਫੋਨ ਕੀਤਾ ਸੀਗਾ, ਉਹ ਵੀਰ ਦਾ ਦੋਸਤ ਆ, ਉਹ ਇਕੱਠੇ ਬਾਹਰ ਗਈ ਆ ਉਹ ਦੋਨੋਂ। ਅੱਛਾ, ਐਂ ਕਰ ਮੈਨੂੰ ਨੰਬਰ ਦੇ ਦੇ ਮੜਾ ਜੇ, ਮੈਂ ਗੱਲ ਕਰ ਲੂੰਗੀ। ਹਾਂ, ਤੇਰੀ ਭਾਬੀ ਗੱਲ ਕਰਕੇ ਦੇਖੂਗੀ। ਭਾਬੀ ਨੰਬਰ ਦੇ ਦੂੰਗਾ, ਪਰ ਕੋਈ ਫਾਇਦਾ ਨਹੀਂ ਕਰਨ ਦਾ, ਉਹਦਾ ਫੋਨ ਬੰਦ ਆ ਰਿਹਾ। ਬੰਦ ਆ ਰਿਹਾ? ਹਾਂਜੀ। ਚੱਲ ਕੋਈ ਨਾ, ਮੈਂ ਠਹਿਰ ਕੇ ਲਾ ਕੇ ਦੇਖ ਲੂੰ, ਮੈਂ ਨੰਬਰ ਦੇ ਦੇ। ਹਾਂ ਪੁੱਤ, ਫੇਰ ਕਰਕੇ ਦੇਖ ਲੈ। ਬਸ ਦੇਖ ਲਿਆ, ਹੁਣ ਤਾਂ ਮਿਲ ਗਿਆ ਤੁਹਾਨੂੰ, ਹੁਣ ਕੁਛ ਬਾਹਰ ਭੇਜ ਕੇ ਵੀਰ ਜੀ ਨੂੰ। ਆ ਚਾੜਤਾ ਚੰਦ। ਕੀ ਚੰਦ ਚਾੜੇ, ਕੋਈ ਗੱਲ ਨਹੀਂ ਹੋਈ ਹੈਗੀ ਗਗਨ। ਨਹੀਂ ਬੋਲਦੇ ਹੁੰਦੇ ਪੁੱਤ? ਮੰਮੀ ਜੀ, ਪਾਗਲ ਥੋੜੀ ਹੈ ਜਿਹਨੇ ਦੱਸਿਆ ਫੋਨ ਕਰਕੇ ਵੀ ਦੂਸਰਾ ਵਿਆਹ ਕਰਵਾ ਲਿਆ। ਦੀਦੀ ਮੇਰੀ ਗੱਲ ਦਾ ਤੁਸੀਂ ਯਕੀਨ ਮੰਨੋ, ਅੱਜ ਕੱਲ ਦੇ ਮੁੰਡਿਆਂ ਦਾ ਕੋਈ ਭਰੋਸਾ ਨਹੀਂ ਹੈਗਾ, ਬਾਹਰ ਜਾ ਕੇ ਪੱਕੇ ਪੱਕੀ ਕੁੜੀ ਨਾਲ ਵਿਆਹ ਕਰਾ ਲਿਆ ਹੁਣ ਪੱਕੇ ਹੋਣ ਦੇ ਚੱਕਰ ਚ। ਨਹੀਂ ਕਾਹਨੂੰ, ਤੂੰ ਐਂ ਕਾਹਨੂੰ ਬੋਲੀ ਜਾਂਦੀ ਹੈ? ਮੰਮੀ ਜੀ, ਦੱਸਣ ਵਾਲੇ ਨੇ ਝੂਠ ਬੋਲਿਆ ਆਪਾਂ ਨੂੰ। ਗਗਨ, ਗਲਤ ਫਹਿਮੀ ਵੀ ਤਾਂ ਹੋ ਸਕਦੀ ਹੈ। ਫਿਰ ਗਲਤ ਫਹਿਮੀ ਹੋ ਸਕਦੀ ਹੈ, ਭਾਈ ਕਲੀਅਰ ਕਰ ਲਓ ਉਹਨੂੰ। ਮੇ ਪੁੱਤ, ਤੂੰ ਤੇਰੀ ਭਾਬੀ ਨੂੰ ਦੇਈ ਫੋਨ, ਇਹ ਕਰਕੇ ਦੇਖੂਗੀ ਦੁਬਾਰਾ ਚੰਗੀ ਤਰ੍ਹਾਂ ਫੋਨ। ਮੰਮੀ, ਮੈਨੂੰ ਭਰੋਸਾ ਆਪੇ ਭਰਾ ਤੋਂ, ਪਰ ਮੇਰਾ ਭਰਾ ਇੱਦਾਂ ਦਾ ਕੰਮ ਨਹੀਂ ਕਰ ਸਕਦਾ। ਹਾਂ ਪੁੱਤ, ਤੂੰ ਨਾ ਫਿਕਰ ਕਰ, ਮੇਰੇ ਤੇ ਯਕੀਨ ਆਪੇ ਭਰਾ ਤੇ, ਆਪਾਂ ਕਰਦੇ ਆ ਪਤਾ। ਲੈ ਦੱਸੋ ਮੰਮੀ ਜੀ, ਫਿਕਰ ਵਾਲੀ ਉਹ ਗੱਲ ਆ, ਇੰਨਾ ਵੱਡਾ ਧੋਖਾ ਹੋ ਗਿਆ ਵਿਚਾਰੀ ਨਾਲ, ਹਲੇ ਫਿਕਰ ਹੀ ਨਾ ਕਰੇ। ਕੀ ਧੋਖਾ ਹੋਏਗਾ, ਉਹੀ ਬੋਲੀ ਜਾਨੀ ਆ ਗਗਨ ਤੂੰ। ਦੀਦੀ, ਆਪਦੇ ਆਪ ਨੂੰ ਦਿਲਾਸੇ ਦੇਣ ਨਾਲ ਨਾ ਕੁਛ ਨਹੀਂ ਹੁੰਦਾ, ਜਿਹੜਾ ਕੁਛ ਸੱਚ ਸਾਹਮਣੇ ਆਉਣਾ ਸੀ ਉਹ ਤਾਂ ਆ ਗਿਆ। ਪੁੱਤ ਤੂੰ ਵੀ ਐ ਨਾ ਬੋਲ, ਐ ਨਹੀਂ ਬੋਲਦੇ ਹੁੰਦੇ। ਗਗਨ, ਮੈਨੂੰ ਭਰੋਸਾ ਆਪਣੇ ਭਰਾ ਤੇ। ਪਾਪੀ ਜੀ, ਮੰਮੀ ਜੀ ਮੇਰੀ ਗੱਲ ਸੁਣੋ, ਹੁਣ ਦੀਦੀ ਤਾਂ ਤੁਹਾਨੂੰ ਪਤਾ ਹੀ ਆ, ਉਹ ਤਾਂ ਹੁਣ ਵਿਚਾਰੀ ਦਾ ਦਿਲ ਟੁੱਟਿਆ ਰਹੂਗੀ ਤਾਂ ਸਹੀ ਹੋ, ਉਹਨੂੰ ਮਾੜਾ ਮੋਟਾ ਸਮਝਾਓ ਕਿ ਭਾਈ ਉਹਦਾ ਮਨ ਪੱਥਰ ਕਰ ਲਾ ਹੁਣ, ਕੋਈ ਫਾਇਦਾ ਨਹੀਂ ਹੈਗਾ। ਤੁਸੀਂ ਜਾਓ ਦੇਖੋ ਜਾ ਕੇ ਭਾਬੀ ਨੂੰ। ਪੁੱਤ ਮੈਂ ਦੇਖਦੀ ਹਾਂ, ਜਾ ਕੇ ਭਾਬੀ ਨੂੰ ਹੌਸਲਾ ਦੇਵੋ। ਇੱਕ ਗੱਲ ਹੈ ਪੁੱਤ, ਮੇਰਾ ਮਨ ਨਹੀਂ ਮੰਨਦਾ, ਮੇਰਾ ਪੁੱਤ ਇਹੋ ਜਿਹਾ ਨਹੀਂ ਹੈਗਾ। ਮੰਮੀ ਜੀ, ਕਿਹਦੇ ਦਿਲ 'ਚ ਵੜ ਕੇ ਦੇਖੀ ਆਪਾਂ ਵੀ ਕਿਹੜਾ ਬੰਦਾ ਕਿਹੋ ਜਿਹਾ, ਕਿਹੜਾ ਨਹੀਂ ਕਿਹੋ ਜਿਹਾ, ਕੁਛ ਨਹੀਂ ਪਤਾ ਹੁੰਦਾ। ਦੇਖੀ ਲੈ, ਮੈਂ ਉਹ ਕਰਮਜੀਤ ਕੋਲ ਜਾਵਾਂ। ਜਾਓ ਪੁੱਤ, ਕਰਮਜੀਤ ਐ ਨਾ ਕਰ, ਤੂੰ ਤੀਏ ਚੁੱਪ ਕਰ। ਗਗਨ, ਮੇਰਾ ਭਰਾ ਆਹ ਕੁਛ ਨਹੀਂ ਕਰ ਸਕਦਾ, ਮੈਨੂੰ ਭਰੋਸਾ ਆਪਣੇ ਭਰਾ 'ਤੇ। ਪਰ ਗਗਨ, ਤੂੰ ਹੌਸਲਾ ਚੀਜ਼ ਦੇਣਾ, ਉਲਟ ਭੜਕਾਉਣ ਲੱਗੇ ਸਾਨੂੰ। ਇਹਦੇ 'ਚ ਭੜਕਾਉਣ ਵਾਲੀ ਕੀ ਗੱਲ ਆ, ਤੁਹਾਨੂੰ ਵੀ ਪਤਾ ਹੈ ਮੈਂ ਵੀ ਉਹਨਾਂ ਨੂੰ ਹੌਸਲਾ ਹੀ ਦੇ ਰਹੀ ਹਾਂ ਵੀ ਭਾਈ ਆਪਦਾ ਮਨ ਕੈੜਾ ਕਰੋ, ਰੋਣ ਦਾ ਕੋਈ ਫਾਇਦਾ ਨਹੀਂ ਹੈਗਾ, ਜਿਹੜਾ ਕੁਛ ਉਹਨੇ ਕਰਨਾ ਸੀ ਉਹ ਤਾਂ ਕਰਤਾ, ਅਗਲੇ ਨੇ ਵਿਆਹ ਕਰਾ ਲਿਆ, ਅਗਲਾ ਵੀ ਖੁਸ਼ ਆ, ਤੁਸੀਂ ਕਿਉਂ ਇੱਥੇ ਉਹ ਕਰੀ ਜਾਂਦੇ, ਉਹਨੂੰ ਹੋਰ ਹੀ ਰਵਾਈ ਜਾਂਦੇ ਹੋ। ਤੂੰ ਐਂ ਨਹੀਂ ਕਹਿ ਸਕਦੀ ਮੇਰੇ ਭਰਾ ਨੂੰ, ਤੂੰ ਗਲਤ ਕਹਿ ਰਹੀ ਹੈ। ਤੁਸੀਂ ਕਿਹੜਾ ਮੇਰੀ ਗੱਲ ਮੰਨਣੀ ਆ, ਜੇ ਭੱਗ ਜਾਂਦਾ ਤੂੰ ਵੀ। ਲੈ ਦੱਸ,
ਇਹਨਾਂ ਦੇ ਕੰਨ 'ਤੇ ਜੂਈ ਨਹੀਂ ਸਰਕਦੀ। ਅਗਲੇ ਨੇ ਫੋਨ ਕਰਕੇ ਐਡੀ ਵੱਡੀ ਗੱਲ ਦੇ ਦੱਸਤੀ ਤੁਹਾਨੂੰ, ਦੱਸਤੀ ਪੂਰੀ ਗੱਲਬਾਤ, ਵੀ ਉਹਨੇ ਵਿਆਹ ਕਰਾ ਲਿਆ, ਪੱਕੇ ਹੋਣ ਦੇ ਚੱਕਰ 'ਚ ਕਰਾ ਲਿਆ। ਕਰਾ ਲੈਂਦੇ ਨੇ ਹੁਣ, ਕਰਾ ਲਿਆ ਤਾਂ ਕਰਾ ਲਿਆ, ਇਹ 'ਚ ਰੋਣ ਵਾਲੀ ਕਿੱਡੀ ਕੁ ਗੱਲ ਆ ਦੱਸ। ਉਹਨੂੰ ਉਈ ਉਹਦਾ ਮਨ ਹਲਕਾ ਕਰੀ ਜਾਂਦੇ ਨੇ। ਮੈਂ ਦੇਖਦੀ ਹਾਂ ਜਾ ਕੇ ਇਹਨਾਂ ਨੂੰ ਤਾਂ। ਮੰਮੀ ਉਹ ਐਂ ਨਹੀਂ ਕਰ ਸਕਦੇ, ਦੇਖੀ ਗਗਨ ਤੂੰ ਹੀ ਭੁੱਲੀ ਜਾਂਦੀ। ਪੁੱਤ ਕਰਮਜੀਤ ਦੇਖੀ ਮਨ ਚ ਸਭ ਕੁਛ ਹੋ ਜਾਂਦਾ ਹੁੰਦਾ। ਇਹ ਜ਼ਿੰਦਗੀ ਆ ਪੁੱਤ, ਕਦੇ ਹਾਸਿਆ ਗਿਆ ਕਦੇ ਰੋਣਾ ਗਿਆ, ਐ ਨੀ ਕਰਦੇ ਹੁੰਦੇ ਮੇਰੇ ਬੱਚੇ। ਤੂੰ ਨਾਲੇ ਪੁੱਤ, ਮੇਰਾ ਪੁੱਤ ਤਾਂ ਇਹ ਕੁਛ ਕਰ ਹੀ ਨਹੀਂ ਸਕਦਾ, ਮੈਨੂੰ ਪੱਕਾ ਯਕੀਨ ਹੈ। ਪੁੱਤ ਝੂਠੀ ਵੀ ਗੱਲ ਹੋ ਸਕਦੀ, ਹੌਸਲਾ ਰੱਖ ਮੇਰਾ ਮੇਰਾ ਪੁੱਤ ਬੈਠਾ ਹੋ ਯਾਰ, ਮੈਂ ਚਾਰੇ ਕੁਛ ਕਰਕੇ ਲਿਆਉਣੀ ਹੈ, ਚੁੱਪ ਕਰ, ਐ ਨੀ ਕਰਦੇ ਹੁੰਦੇ, ਹੌਸਲਾ ਰੱਖਦੇ ਹੁੰਦੇ ਨੇ। ਹਾਂ ਨਾ ਮੇਰਾ ਬੱਚਾ, ਮੈਂ ਨੀ ਤੈਨੂੰ ਦੁਖੀ ਦੇਖ ਸਕਦੀ ਪੁੱਤ, ਦੁਖੀ ਨਾ ਹੋ, ਦੁਖੀ ਨਾ ਮੇਰੀ ਸਿਆਣੀ ਝੂਠੀ ਹੋ ਗਈ ਇਹ, ਦੁਬਾਰੇ ਬੋਲ ਲਾ ਕੇ ਦੇਖ ਉਹਨੂੰ। ਜਮਕੇ ਦੁਬਾਰੇ ਦੇਖ ਲਾ ਕੇ ਫੋਨ, ਕੋਈ ਨਾ ਪੁੱਤ ਮੈਂ ਸਾਰੀ ਖਬਰ ਦੱਸਦੀ ਹਾਂ ਪੁੱਤ ਐਨ, ਪਰ ਇਹ ਗੱਲ ਤਾਂ ਕਦੇ ਹੋ ਹੀ ਨਹੀਂ ਸਕਦੀ। ਮੇਰਾ ਮਨ ਤਾਂ ਜਮਾ ਹੀ ਨਹੀਂ ਮੰਨਦਾ, ਮੇਰਾ ਪੁੱਤਾ ਉਹ ਮੇਰੇ ਹੱਥਾਂ 'ਚ ਪਲਿਆ ਖੇਡਿਆ ਪੁੱਤ, ਇਹ ਗੱਲ ਉਹ ਕਰੇ ਨਹੀਂ ਸਕਦਾ ਕਦੇ ਵੀ, ਇਹ ਤਾਂ ਕਦੇ ਗੱਲ ਸੱਚੀ ਹੋ ਨਹੀਂ ਸਕਦੀ ਮੇਰੀ। ਤੇ ਤੂੰ ਨਾ ਦੁਖੀ ਹੋ, ਸਿਆਣੀ ਬਣ ਮੇਰੀ ਬੱਚੀ, ਸਿਆਣੀ ਬਣ ਪੁੱਤ, ਮੈਂ ਤੈਨੂੰ ਚਾਹ ਪਾਣੀ ਦੀ ਕੁੱਟ ਕਰਾਂਗਾ, ਕੁਛ ਖਾ ਪੀ ਲੈ ਉੱਠ ਕੇ। ਦੇਖੀ ਮੰਮੀ ਮੈਂ ਕੁਛ ਨਹੀਂ ਖਾਣਾ। ਨਹੀਂ ਪੁੱਤ ਮੈਂ ਫੋਨ ਤੇ ਗੱਲ ਕਰਾ ਦੋ ਬਸ, ਲਾ ਕੇ ਦੇਖੀ ਤੇ ਫੋਨ ਜੇ ਮਿਲਦਾ। ਕੋਈ ਨਾ ਪੁੱਤ, ਯਾਰ ਤੈਨੂੰ ਦੱਸਿਆ ਤਾਂ ਹੈਗਾ ਉਹਨੇ ਵੀ, ਕਈ ਵਾਰ ਰੇਂਜ ਨਹੀਂ ਹੁੰਦੀ ਹੁੰਦੀ ਪੁੱਤ ਬਾਹਰ, ਜਾਂ ਬੰਦਾ ਕਿਤੇ ਕੰਮ ਤੇ ਵਗ ਜਾਂਦਾ, ਤੇਰਾ ਸਿਰ ਦੁਖਣ ਲੱਗ ਜੂਗਾ ਪੁੱਤ, ਬਿਮਾਰ ਹੋ ਜਾਏਗੀ। ਮਿਲਿਆ ਮੁੰਡਿਆ ਫੋਨ? ਬੰਦ ਆ ਰਿਹਾ ਪੁੱਤ, ਕੋਈ ਨਾ ਉਹ ਤੈਨੂੰ ਆਪੇ ਫੋਨ ਕਰੂਗਾ, ਦੇਖ ਲਈ ਚਾਹੇ ਤੂੰ ਜੇ ਨਾ ਕਰੇ, ਇਹਨੂੰ ਭੁਲੇਖਾ ਲੱਗ ਗਿਆ ਹੋਣਾ। ਬਸ ਮੇਰਾ ਪੁੱਤ ਜਾ, ਰੋਹਿਤ ਪਾਣੀ ਦੀ ਬੋਤਲ ਲਿਆ ਕੇ ਦੇਖ ਲਈ ਪੁੱਤ, ਚੁੱਪ ਕਰ ਚੁੱਪ ਕਰ, ਹੌਸ ਰੱਖਦੇ ਹੁੰਦੇ ਨੇ, ਤੂੰ ਤਾਂ ਮੇਰੀ ਇੰਨੀ ਸਿਆਣੀ, ਇੰਨੀ ਸਮਝ ਵਾਲੀ ਆ, ਸਾਰੇ ਘਰ ਨੂੰ ਤੂੰ ਸੰਭਾਲੀ ਫਿਰਦੀ ਆ, ਤੇਰੇ ਹੌਸ ਮੈਂ ਫਿਰਦੀ ਆ। ਦੱਸ ਲੈ, ਮੈਂ ਚਾਰੇ ਕੁੱਟ ਕਰਕੇ ਲਿਆਵਾਂ ਤੇਰੇ ਵਾਸਤੇ, ਮਨ ਨਾ ਖਰਾਬ ਕਰ ਪੁੱਤ ਆਪਣਾ। ਇਹ ਤੁਸੀਂ ਕੀ ਕਰਦਾ, ਇੱਕ ਵਾਰੀ ਮੇਰੇ ਨਾਲ ਗੱਲ ਤਾਂ ਕਰ ਲੈਂਦੇ, ਫੋਨ ਤਾਂ ਕਰ ਲੈਂਦੇ ਮੈਨੂੰ। ਆਰਾਮ ਨਾਲ ਮੰਮੀ, ਆਰਾਮ ਨਾਲ, ਆਰਾਮ ਨਾਲ। ਇੱਥੇ ਬੈਠੋ ਮੈਨੂੰ। ਹਾਏ ਮੰਮੀ, ਕੁਛ ਨਹੀਂ ਹੋਇਆ, ਤੁਸੀਂ ਇਹਨੇ ਆਰਾਮ ਕਰ ਲਓ, ਰੋਟੀ ਖਾਣੀ ਹੈ? ਨਾ ਪੁੱਤ, ਮੈਂ ਕੁਛ ਨਹੀਂ ਖਾਣਾ, ਮੇਰਾ ਨਿੱਜੀ। ਡਾਕਟਰ ਨੇ ਕਿਹਾ ਕਿ 1 ਘੰਟੇ ਬਾਅਦ ਦਵਾਈ ਦੇਣੀ ਹੈ ਮੰਮੀ ਨੂੰ ਆਪਣੀ ਨੂੰ। ਅੱਛਾ, ਆਪੇ ਦੇ ਦੇਈਂ ਪੁੱਤ। ਚਾਹ ਪੀਓਗੇ? ਨਾ ਨਾ, ਮੈਂ ਕੁਛ ਨਹੀਂ ਪੀਣਾ। ਮੰਮੀ ਜੀ, ਠੀਕ ਤਾਂ ਹੈਗੇ ਤੁਸੀਂ? ਹਾਂ, ਕੁਛ ਨਹੀਂ, ਡਾਕਟਰ ਕਹਿੰਦੇ ਆਰਾਮ ਕਰਨ ਦੀ ਲੋੜ ਹੈ, ਠੀਕ ਹੈ? ਤੇ ਐਂ ਕਰ, ਮੰਮੀ ਨੇ ਨਾ ਦੁੱਧ 'ਚ ਪੱਤੀ ਪਾ ਕੇ ਲੈ ਕੇ ਦੇ ਦੇ, ਠੀਕ ਹੈ? ਪੁੱਤ, ਮੈਂ ਪੀਣਾ ਨਹੀਂ ਕੁਛ, ਮੇਰਾ ਮਨ ਨਹੀਂ। ਮੰਮੀ ਕੋਈ ਨਹੀਂ, ਮੰਮੀ ਐਵੇਂ ਥੋੜ੍ਹੀ ਕਮਜ਼ੋਰੀ ਹੋ ਗਈ ਤੁਹਾਨੂੰ। ਗਗਨ, ਜਾਈ ਜਲਦੀ ਜਾ, ਆਰਾਮ ਕਰ ਲਓ। ਕੋਈ ਨਾ ਪੁੱਤ, ਆਰਾਮ ਕਰ ਲਓ। ਪਰ ਮੇਰਾ ਕੁਛ ਖਾਣ ਨੂੰ ਦਿਲ ਨਹੀਂ ਕਰਦਾ ਪੁੱਤ। ਨਹੀਂ ਮੰਮੀ, ਖਾ ਲਿਓ ਪੂਰਾ। ਮੈਂ ਥੋੜ੍ਹਾ ਪਿੱਛੇ ਹੋ ਜਾਓ, ਆਰਾਮ ਨਾਲ, ਮੇਰਾ ਆਰਾਮ ਨਾਲ। ਭਾਬੀ ਕੁੜਾਉਂ, ਹਾਏ
ਕੀ ਹੋ ਗਿਆ ਜੱਗੀ? ਭਾਬੀ ਗੱਲ ਤਾਂ ਕੋਈ ਨਾ ਕੋਈ ਹੋਈ ਹੈ, ਪਰ ਡਾਕਟਰ ਨੇ ਕਿਹਾ ਕਿ ਤੇਰੀ ਮੰਮੀ ਸਾਹਮਣੇ ਇਹ ਕੋਈ ਗੱਲ ਨਹੀਂ ਕਰਨੀ, ਘਟਨਾ ਵਾਲੀ ਗੱਲ। ਮੰਮੀ ਡਿਪਰੈਸ਼ਨ 'ਚ ਆ, ਤਾਂ ਕੁਛ ਵੀ ਹੋ ਸਕਦਾ ਮੰਮੀ ਨੂੰ। ਹਾਏ ਰੱਬਾ, ਇੰਨੀ ਵੱਡੀ ਗੱਲ ਹੋ ਗਈ, ਮੰਮੀ ਨੂੰ ਦਿਲ ਨੂੰ ਲੱਗ ਗਈ ਗੱਲ। ਗਗਨ ਕੋਈ ਗੱਲ ਨਾ ਕਰੀ ਦੇਖੀ ਮੰਮੀ ਮੂਹਰੇ। ਨਹੀਂ ਦੀਦੀ, ਤੁਸੀਂ ਚਿੰਤਾ ਨਾ ਕਰੋ, ਮੈਂ ਕੋਈ ਇਹੋ ਜਿਹੀ ਗੱਲ ਨਹੀਂ ਕਰਦੀ ਹੈਗੀ ਜਿਹਦੇ ਕਰਕੇ ਮੰਮੀ ਨੂੰ ਨਾ ਟੈਨਸ਼ਨ ਹੋਵੇ ਅਤੇ ਉਹ ਸਦਮੇ 'ਚ ਚਲੇ ਜਾਣ। ਬਸ ਤੁਸੀਂ ਧਿਆਨ ਰੱਖਿਓ ਮਾੜਾ ਜਿਹਾ, ਖਾਸ ਕਰਕੇ ਗੁਰਿੰਦਰ ਗਿਰੀ ਬਾਰੇ ਕੋਈ ਵੀ ਇਹੋ ਜਿਹੀ ਗੱਲ ਨਾ ਕਰਿਓ। ਗਗਨ ਕੋਈ ਵੀ ਗੱਲ ਹੁੰਦੀ ਨਾ ਆਪਾਂ ਤਿੰਨਾਂ 'ਚ ਰੱਖੀ, ਮੰਮੀ ਤੱਕ ਨਹੀਂ ਗੱਲ ਜਾਣੀ ਚਾਹੀਦੀ ਕਿ ਇਹ 'ਚ ਨੁਕਸਾਨ ਆਪਣਾ ਹੈ। ਠੀਕ ਹੈ, ਕਰਦੇ ਮਾੜਾ ਜਿਹਾ। ਚੱਲ ਕੋਈ ਨਹੀਂ ਦੇਖੀ, ਤੂੰ ਵੀ ਕੋਈ ਗੱਲ ਨਹੀਂ। ਨਾ ਨਾ, ਮੇਰੀ ਗੱਲ ਦੀ ਗੱਲ। ਲੈ ਦੱਸ, ਹੁਣ ਆ ਨਵੀਂ ਗੱਲ ਸੁਣਾ ਗਿਆ। ਵੈਸੇ ਸੋਚਣ ਵਾਲੀ ਗੱਲ ਆ, ਜਿਹਨੂੰ ਸਦਮਾ ਲੱਗਣਾ ਚਾਹੀਦਾ ਸੀ ਉਹ ਤਾਂ ਹੱਟੀ ਕੱਟੀ ਫਿਰਦੀ ਆ। ਆ ਬੁੜੀ ਨੂੰ ਪਤਾ ਨਹੀਂ ਕੀ ਹੋ ਗਿਆ, ਬਿਨਾਂ ਗੱਲ ਤੋਂ ਇਸਨੂੰ ਪੱਟੀ ਤਾਣ ਕੇ ਪੈ ਗਈ। ਆਖਿਰ ਕੋਈ ਟੈਨਸ਼ਨ ਵਾਲੀ ਗੱਲ ਨਾ ਦੱਸਿਓ। ਵੈਸੇ ਇੱਕ ਵੱਲੋਂ ਜੋ ਹੋਇਆ ਨਾ, ਚੰਗਾ ਹੀ ਹੋਇਆ, ਉਹਨੇ ਆਪਦਾ ਉੱਧਰ ਵਿਆਹ ਕਰਵਾ ਲਿਆ। ਪਰ ਇਹ ਬੁੜੀ ਤੋਂ ਵੀ ਖੈੜਾ ਛੋਟੂ ਹੈ ਗੀ ਕਰਮਜੀਤ, ਇਹਨੂੰ ਮੈਂ ਉਹ ਨਹੀਂ ਹੱਥ ਧਰਾਉਣ ਦਿੰਦੀ ਹੈਗੀ। ਆਨੇ ਬਹਾਨੇ ਉਹਨੂੰ ਤਾਂ ਮੈਥੋਂ ਦਫ਼ਾ ਕਰ ਹੀ ਦਊਂਗੀ। ਹਾਏ, 20 ਕਿੱਲੇ ਜ਼ਮੀਨ ਦੇ ਅਤੇ ਰਹਿ ਗਿਆ ਜੱਗੀ, ਇਹਨੂੰ ਮੈਂ ਬੋਲਣ ਦਿੰਦੀ ਨਹੀਂ, ਇਕੱਲੀ ਰਾਜ ਕਰੇਂਗੀ ਇਕੱਲੀ। ਮਜ਼ਾ ਆ ਜਾਊਗਾ, ਸੌਂ ਲੱਗੀ। ਚਾਹ ਤਾਂ ਦਿਆ ਮੈਂ ਬੁੜੀ ਨੂੰ। ਮੰਮੀ ਜੀ, ਆ ਲਓ ਚਾਹ ਪੀ ਲਓ। ਪੁੱਤ ਮੇਰਾ ਮਨ ਨਹੀਂ ਮੰਨਦਾ ਚਾਹ ਪੀਣ, ਕੁੱਟ ਕੇ ਪੀ ਲਓ। ਤੂੰ ਪੀ ਲਾ ਥੋੜ੍ਹੀ ਜੀ। ਕੋਈ ਨਾ, ਮੈਂ ਤਾਂ ਹੁਣੀ ਵੀ ਕਿੱਟ ਗਰਮ ਆ, ਦੇਖ ਕੇ ਫੜ ਲਓ। ਕਰਮਜੀਤ ਨੂੰ ਦੇ ਦਿੰਦੀ ਕੁੱਟ ਕੇ। ਕੋਈ ਨਾ, ਮੈਂ ਦੇ ਦਿੰਦੀ ਹਾਂ। ਮੈਂ ਤਾਂ ਸਵੇਰੇ ਵੀ ਕੁਛ ਨਹੀਂ ਖਾਧਾ ਮੈਨੂੰ ਲੱਗਦਾ। ਮੰਮੀ ਜੀ, ਹਾਂ ਪੁੱਤ, ਮੈਨੂੰ ਇੱਕ ਗੱਲ ਦੱਸੋਗੇ? ਹਾਂ ਵੀ, ਜਿਵੇਂ ਹੁਣ ਗੁਰਿੰਦਰ ਵੀਰ ਨੇ ਤਾਂ ਉੱਧਰ ਵਿਆਹ ਕਰਾ ਲਿਆ, ਉਹ ਵੀ PR ਕੁੜੀ ਨਾਲ, ਹੈ ਨਾ? ਫਿਰ ਤਾਂ ਉਹ ਉੱਧਰ ਹੀ ਰਹੋ, ਇੱਥੇ ਤਾਂ ਨਹੀਂ ਆਉਂਦੇ ਹੈਗੇ। ਪੁੱਤ ਐਂ ਨਹੀਂ ਬੋਲਦੇ ਹੁੰਦੇ, ਸੁੱਖ ਸਾਂਦੀ ਕਰੋ, ਇਹਨਾਂ ਗੱਲਾਂ ਕਰਦੀਆਂ। ਮੰਮੀ ਜੀ, ਹੁਣ ਜਿਹੜਾ ਕੁਛ ਹੋਏਗਾ ਉਹਨੂੰ ਤਾਂ ਕੋਈ ਬਦਲ ਵੀ ਨਹੀਂ ਸਕਦਾ। ਮੈਂ ਤਾਂ ਸਿਰਫ ਤੁਹਾਡੇ ਤੋਂ ਇਹ ਕਲੀਅਰ ਕਰਨਾ ਵੀ ਉਹਨਾਂ ਦਾ ਹੁਣ ਇਸ ਵਾਲੀ ਪ੍ਰੋਪਰਟੀ ਦੇ ਵਿੱਚ ਕੋਈ ਹੱਸਦਾ ਉਹ ਤਾਂ ਨਹੀਂ ਹੈਗਾ, ਹਿੱਸਾ ਤਾਂ ਨਹੀਂ ਹੈਗਾ। ਗਾਗਰ, ਮੈਂ ਤੈਨੂੰ ਦੱਸਾਂ ਗੱਲ, ਪੁੱਤ ਮੇਰੇ ਪੁੱਤ ਨੇ ਕੋਈ ਵਿਆਹ ਨਹੀਂ ਕਰਾਇਆ ਹੋਣਾ, ਨਾਲੇ ਤੂੰ ਇਹੋ ਜਿਹੀਆਂ ਗੱਲਾਂ ਨਾ ਕਰ, ਪਰਮਾਤਮਾ ਸੁੱਖ ਰੱਖੇ ਸਾਡੇ ਤਾਂ ਘਰ 'ਚ। ਮੰਮੀ ਜੀ, ਤੁਹਾਡੀ ਗੱਲ ਮੈਂ ਸਮਝਦੀ ਹਾਂ ਵੀ ਤੁਸੀਂ ਇੱਕ ਮਾਂ ਹੋ, ਨਹੀਂ ਚਾਹੁੰਦੇ ਹੈਗੇ ਵੀ ਤੁਹਾਡਾ ਪੁੱਤ ਐਵੇਂ ਕਰੇ, ਪਰ ਮੈਂ ਜੋ ਤੁਹਾਡੇ ਤੋਂ ਪੁੱਛ ਰਹੀ ਹਾਂ ਮੈਨੂੰ ਦੱਸ ਤਾਂ ਦੇਵੋ ਵੀ ਜਦੋਂ ਹੁਣ ਵੀਰਾ ਇੱਥੇ ਹੈ ਹੀ ਨਹੀਂ, ਨਾ ਉਹਦਾ ਪ੍ਰੋਪਰਟੀ ਦੇ ਵਿੱਚ ਕੋਈ ਹਿੱਸਾ, ਫਿਰ ਤਾਂ ਸਾਰੀ ਪ੍ਰੋਪਰਟੀ ਦਾ ਹੱਕਦਾਰ ਜੱਗੀ ਹੋਊਗਾ। ਲੈ ਦੇਖੀ, ਐਂ ਕਾਹਤੋਂ ਬੋਲਦੀ ਹਾਂ ਕੁੜੇ, ਜੇ ਕਰਮਜੀਤ ਨੇ ਸੁਣ ਲਿਆ ਉਹਦੇ ਦਿਲ 'ਤੇ ਕੀ ਬੀਤੂ, ਕੋਈ ਇੱਕ ਅੱਧਾ ਜਵਾਕ ਏ ਹੁੰਦਾ, ਉਹਦੇ ਨਾਲ ਪਰਚੀ ਰਹਿੰਦੀ ਵਿਚਾਰੀ ਜਵਾਕੜੀ, ਦੱਸ ਹੁਣ ਕੀ ਕਰੇ। ਮੰਮੀ ਜੀ, ਉਹਦਾ ਸੰਤਾਪ ਨਹੀਂ ਦੇਖਿਆ ਜਾਂਦਾ। ਤੁਸੀਂ ਤਾਂ ਕਮਲੇ ਵਾਲੀਆਂ ਗੱਲਾਂ ਕਰਦੇ ਹੋ, ਜੇ ਜਵਾਕ ਹੁੰਦਾ ਹੋਰ ਭਾਦੀ ਬਣ ਜਾਂਦੀ ਨਾ। ਮੇਰੀ ਗੱਲ ਸੁਣੋ, ਜੇ ਜਵਾਕ ਕੱਲ੍ਹ ਵੱਡਾ ਹੋ ਕੇ ਪੁੱਛਦਾ ਵੀ ਮੇਰਾ ਪਿਓ ਕਿੱਥੇ, ਫਿਰ ਉਹ ਕੀ ਜਵਾਬ ਦਿੰਦੇ? ਲੈ ਕੁੜੇ, ਆਪਣੀ ਮਾਂ ਦਾ ਤਾਂ ਆਸਰਾ ਬਣਦਾ ਬੱਚਾ। ਫਿਰ ਵੀ ਜਵਾਕ ਪੁੱਛਦਾ ਹੀ ਆ, ਠੀਕ ਹੈ ਮਾਂ ਬਾਪ ਬਾਰੇ ਤਾਂ। ਲੈ ਅੱਜ ਤਾਂ ਹੁਣ ਉਹਨੂੰ ਜੇ ਗੁਰਿੰਦਰ ਨਹੀਂ ਹੈਗਾ, ਉਹਦਾ ਕੋਈ ਧੀ ਪੁੱਤ ਉਹਦੇ ਨਾਲ ਖੇਡਦੀ ਪਰਚਦੀ ਅਗਲੀ ਬੈਠੀ ਗੱਲਾਂ ਬਾਤਾਂ ਕਰਦੀ, ਕੁਛ ਮਨ ਹੋਇਆ ਰਹਿੰਦਾ? ਮੰਮੀ ਜੀ, ਤਾਂ ਕਹਿਣ ਦੀਆਂ ਗੱਲਾਂ ਨੇ, ਹੁਣ ਤਾਂ ਬਸ ਤੁਸੀਂ ਉਹਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਕਹਿ ਦਿਓ ਭਈ ਆਪਦਾ ਮਨ ਕਰੜਾ ਕਰ ਲਾ, ਠੀਕ ਹੈ, ਜਿਹੜਾ ਕੁਛ ਹੋਣਾ ਤੇ ਹੋ ਗਿਆ, ਆਪਦੀ ਨਵੀਂ ਜ਼ਿੰਦਗੀ ਸ਼ੁਰੂ ਕਰ ਲਾ।
ਮੇਰੀ ਗੱਲ ਸੁਣ ਪੁੱਤ, ਤੂੰ ਆਪਣੀ ਜ਼ਬਾਨ ਮਾੜੀ ਜੀ ਬੰਦ ਰੱਖ, ਐ ਨਾ ਬੋਲੀ, ਸੱਚੀ ਉਹਦਾ ਦਿਲ ਬਹੁਤ ਦੁਖੀ ਇਸ ਤਰ੍ਹਾਂ। ਮੰਮੀ ਜੀ, ਜੇ ਮੈਂ ਸੱਚ ਬੋਲਦੀ ਹਾਂ ਤਾਂ ਮੈਂ ਤੁਹਾਨੂੰ ਗਲਤ ਲੱਗਦੀ ਹਾਂ, ਕੌੜੀ ਹੁੰਦੀ ਆ ਸੱਚ ਕਹਿ। ਫਿਰ ਉਹਦਾ ਦਿਲ ਤਾਂ ਜ਼ਰੂਰੀ ਦਿਖਾਉਣਾ ਹੈ, ਤੂੰ ਐਂਦਾ ਸੋਚ ਕੇ ਦੇਖ। ਦਿਲ ਤਾਂ ਪਹਿਲਾਂ ਹੀ ਦੁਖਿਆ ਪਿਆ, ਮੈਂ ਹੋਰ ਕੀ ਦਿਖਾਉਂਗੀ? ਜੇ ਹੁਣ ਵਾਰ ਵਾਰ ਤੂੰ ਉਹੀ ਗੱਲਾਂ ਸੁਣਾਈ ਜਾਵੇਂ, ਮੇਰੇ ਦਿਲ 'ਤੇ ਕੀ ਬੀਤੂਗੀ? ਸੰਗਤ 'ਤੇ ਵਾਰ ਵਾਰ ਗੱਲਾਂ ਕਰਕੇ ਉਹਨਾਂ ਦਾ ਮਨ ਪੱਥਰ ਬਣ ਜੂਗਾ, ਇਹ ਗੱਲ ਤਾਂ ਤੁਹਾਨੂੰ ਸਮਝ ਨਹੀਂ ਆਉਂਦੀ ਹੈਗੀ। ਬੋ ਮੈਂ ਮਰ ਜਾ। ਚਾਹ ਪੀ ਲਓ, ਚੰਗਾ ਚਾਹ ਫੜਾ ਕੇ ਆਉਂਦੀ ਹਾਂ ਮੈਂ ਨਾਲ ਗੱਲਾਂ ਕਰਕੇ ਆਉਂਦਾ ਦੋ ਚਾਰ। ਦੇਖੀ ਧਿਆਨ ਨਾਲ ਬੋਲੀ ਮਾੜਾ ਜਾ, ਸੱਚੀ ਇੱਕ ਗਗਨ ਵੀ ਨਾ ਬਹੁਤ ਜ਼ਿਆਦਾ ਬੋਲਦੀ ਹੈ, ਐ ਨਹੀਂ ਹੈਗਾ ਵੀ ਦੁੱਖ ਦੀ ਘੜੀ ਆ ਟੱਬਰ 'ਤੇ ਆਈ ਵੀ ਮਾੜਾ ਮੋਟਾ ਮੈਂ ਹੌਂਸਲਾ ਦੇਵਾਂ। ਸਮਕਾ ਤੀ ਜਲੀਆਂ ਕੱਟੀਆਂ ਸੁਣਾਉਣ ਤੋਂ ਹਟਦੀ ਉਹ ਨਹੀਂ ਹੈਗੀ, ਦੱਸ ਪਤਾ ਨਹੀਂ ਹੁਣ ਉਹ ਬਹੂ ਦੇ ਕੋਲ ਕਰਮਜੀਤ ਕੋਲ ਕੀ ਬੋਲੂਗੀ, ਇਹਦੀ ਸੱਚੀ ਜ਼ਬਾਨ ਬਹੁਤ ਨਿਕਲੀ ਵੀ ਹੈ। ਹਾਏ ਮੇਰੇ ਤਾਂ ਆਪ ਸਿਰ ਦੁੱਖਦਾ। ਹਾਏ ਰੱਬਾ, ਦੱਸ ਕਿਹਨੂੰ ਦੁੱਖ ਦੱਸਾਂ ਮੈਂ? ਮੰਮੀ ਉਹ ਵੀ ਬਿਮਾਰ ਹੋ ਗਏ, ਉੱਤੋਂ ਜੱਗੀ ਕਹਿੰਦਾ ਮੰਮੀ ਕੋਲ ਕੋਈ ਇਹੀ ਜਿਹੀ ਗੱਲ ਨਹੀਂ ਕਰਨੀ, ਗੱਲ ਕਰਾਂ ਤਾਂ ਕੀ ਦਿਲਵੇ ਕਰਾਂ, ਪੇਕੀ ਵੀ ਨਹੀਂ ਫੋਨ ਕਰ ਸਕਦੀ, ਕਹਿਣਗੇ ਤਾਂ ਉਦੇ ਦਿਨ ਹੀ ਨਹੀਂ ਦੱਸਿਆ ਹੈਗਾ ਸਾਨੂੰ। ਪਰ ਚੱਲ ਕੋਈ ਨਾ, ਮਾਂ ਤਾਂ ਹੈਗੀ ਹੈ ਉਰੇ ਮੇਰੇ ਕੋਲ, ਹਰੇਕ ਗੱਲ ਕਰ ਲੈਂਦੀ ਹਾਂ ਮੈਂ ਮਾਂ ਨਾਲ, ਠੀਕ ਹੋ ਜਾਣਾ ਇੱਕ ਦੋ ਦਿਨਾਂ 'ਚ। ਦੀਦੀ ਕੀ ਹੋ ਗਿਆ, ਤੁਸੀਂ ਰੋਈ ਕਦੋਂ ਜਾਂਦੇ ਹੋ? ਕੁਛ ਨਹੀਂ ਗਗਨ, ਬੈਠੀ ਸੀ ਮੈਂ ਤਾਂ। ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਦੀਦੀ, ਤੁਸੀਂ ਇਕੱਲੇ ਬੈਠੇ ਰਹਿੰਦੇ ਹੋ, ਨਾਲੇ ਤਾਂ ਤੁਹਾਡੇ ਦਿਮਾਗ 'ਤੇ ਟੈਨਸ਼ਨ ਪੈਂਦੀ ਆ, ਬਾਹਰ ਮੰਮੀ ਜੀ ਰੋਂ ਰੋਂ ਕਰੀ ਜਾਂਦੇ ਨੇ, ਤੁਸੀਂ ਬਿੰਦ ਘੜੀ ਉਹਨਾਂ ਕੋਲ ਬੈਠ ਜਿਆ ਕਰੋ, ਨਾਲੇ ਤਾਂ ਉਹਨਾਂ ਦਾ ਮਨ ਕੁਛ ਹੋਰ ਹੋ ਜੂਗਾ, ਨਾਲੇ ਤੁਹਾਡਾ ਮਨ ਹਲਕਾ ਹੋ ਜੂਗਾ। ਕੋਈ ਇਹੋ ਜਿਹੀ ਨਾ ਗੱਲ ਕਰਿਓ ਵੀ ਜਿਹਦੇ ਨਾਲ ਉਹਨਾਂ ਨੂੰ ਟੈਨਸ਼ਨ ਹੋਵੇ। ਉਹ ਤਾਂ ਗੱਲ ਠੀਕ ਹੈ ਗਗਨ, ਪਰ ਪਤਾ ਨਹੀਂ ਕਿਉਂ ਮੇਰਾ ਮਨ ਹੀ ਭਰੀ ਜਾਂਦਾ ਮੰਮੀ ਮੂਹਰੇ, ਮੈਂ ਤਾਂ ਮੰਮੀ ਵੀ ਨਹੀਂ ਦੇਖੇ ਜਾਂਦੇ। ਦੀਦੀ ਜੇ ਕਹਿੰਦੇ ਹੁੰਦੇ ਨੇ ਨਾ ਵੀ ਜਿਸ ਤਨ ਲੱਗੇ ਉਹੀ ਜਾਣੇ, ਹੁਣ ਇਹਦੇ ਵਿੱਚ ਅਸੀਂ ਤਾਂ ਕੁਛ ਵੀ ਨਹੀਂ ਕਰ ਸਕਦੇ, ਤੁਹਾਡਾ ਦੁੱਖ ਸਿਰਫ ਵੰਡਾ ਹੀ ਸਕਦੇ ਹਾਂ। ਉਹ ਤਾਂ ਗੱਲ ਠੀਕ ਹੈ ਗਗਨ, ਚੱਲ ਕੋਈ ਨਾ ਮੰਮੀ ਕੋਲ ਬਹਿ ਜਾਂਦੀ ਹਾਂ ਮੈਂ ਜਾ ਕੇ। ਹਾਂ ਮੇਰੀ ਗੱਲ ਸੁਣੋ, ਮਾੜਾ ਮੋਟਾ ਬੈਠੋ ਉਹਨਾਂ ਕੋਲ, ਨਾਲੇ ਉਹਨਾਂ ਦੀ ਸਿਹਤ ਵੀ ਠੀਕ ਹੋ ਜੂਗੀ, ਨਾਲੇ ਤੁਸੀਂ ਵੀ ਕੁਛ ਖਾ ਪੀ ਲਓ, ਨਾਲੇ ਅਜੂ ਮੰਮੀ ਨੂੰ ਕੁਛ ਖਵਾ ਦਿਓ। ਚੱਲ ਆਈ। ਹਾਂ ਰੋਟੀ ਮੈਂ ਬਣਾਉਣੀ ਆ, ਤੁਸੀਂ ਮੰਮੀ ਨੂੰ ਰੋਟੀ ਖਵਾ ਦਿਓ। ਠੀਕ ਆ ਜਾਓ। ਇੱਕ ਮਾਂ ਆ ਹੁਣ ਜਿਹੜੀ ਮੈਨੂੰ ਲਵੇ ਲਾ ਕੇ ਰੱਖ ਰਹੀ ਆ, ਉਹਨਾਂ ਨੂੰ ਤਾਂ ਜਮੀ ਨਹੀਂ ਹੈਗੀ ਟੈਨਸ਼ਨ ਵੀ ਪਿੱਛੇ ਕੀ ਹੋਰ, ਇੱਕ ਵਾਰੀ ਫੋਨ ਹੀ ਕਰ ਲਈਏ ਮੰਮੀ ਆਏ ਕਿਵੇਂ ਜੇ ਪਈ ਹੈ। ਲੈ ਸੌ ਗਏ ਮੰਮੀ ਤਾਂ, ਗਲਾਸ ਵੀ ਉਰੇ ਰੱਖ ਤਾ ਚਾਹ, ਅੱਖ ਲੱਗੂਗੀ ਮੈਨੂੰ ਲੱਗਦਾ ਮੰਮੀ ਵੀ ਤਾਂ। ਮੰਮੀ 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 ਗਗਨ ਕੀ ਹੋ ਗਿਆ ਜੀ? ਦੇਗੀ ਮਾਂ ਨੂੰ ਕੀ ਹੋ ਗਿਆ? ਮੰਮੀ ਜੀ ਮੰਮੀ ਜੀ ਮੰਮੀ ਉੱਠ ਜਾ ਮੰਮੀ ਜੀ, ਹਾਏ ਰੱਬਾ ਉੱਠ ਜਾ ਕੀ ਕਰਤਾ ਮੰਮੀ, ਮੰਮੀ ਕੀ ਹੋਇਆ ਤੁਹਾਨੂੰ? ਮੰਮੀ ਮੰਮੀ ਉੱਠੋ ਮੰਮੀ ਉੱਠੋ, ਹਾਏ ਰੱਬਾ ਮੰਮੀ ਮੰਮੀ ਦੀਦੀ ਹੱਥ ਮਸਲੇ ਦੇਖੋ, ਮੰਮੀ ਉੱਠ ਜਾ ਮੰਮੀ ਜੀ ਉੱਠ ਜਾ, ਹਾਏ ਮੰਮੀ ਦੀ ਧੜਕਣ ਵੀ ਨਹੀਂ ਚੱਲ ਰਹੀ, ਮੰਮੀ ਉੱਠ ਜਾ ਹਾਏ ਰੱਬਾ
ਤੁਸੀਂ ਇੱਥੇ ਐਵੇਂ ਬੈਠ ਗਏ? ਤੁਹਾਨੂੰ ਬੁਲਾ ਰਹੀ ਹਾਂ ਮੈਂ, ਚਾਹ ਲੈ ਕੇ ਆਵਾਂ? ਮੈਂ ਚਾਹ ਪੀਣੀ ਹੈ ਜੀ। ਯਾਰ ਹੱਦ ਹੁੰਦੀ ਆ ਕਿਸੇ ਗੱਲ ਦੀ, ਜਿਸ ਦਿਨ ਦੀ ਮੰਮੀ ਦੀ ਡੈਥ ਹੋਈ ਆ ਭੋਗ ਪਿਆ, ਤੁਸੀਂ ਮੈਨੂੰ ਚੰਗੀ ਤਰ੍ਹਾਂ ਬੁਲਾਉਂਦੇ ਵੀ ਨਹੀਂ ਹੈਗੇ, ਇਹੋ ਜਿਹੀ ਗੱਲ ਕੀ ਹੋ ਗਈ? ਤੈਂ ਮੇਰੀ ਮਾਂ ਮਾਰੀ ਹੈ। ਲੈ ਦੱਸ ਨਾ ਮੈਂ ਇਹੋ ਜਿਹਾ ਕੀ ਕਰਤਾ ਵੀ ਮਾਂ ਮੈਂ ਮਾਰੀ ਹੈ? ਤੈਨੂੰ ਕਿਵੇਂ ਵਰਗਿਆ ਕਿ ਹੈ ਜੀ? ਕੋਈ ਗੱਲ ਨਹੀਂ ਕਰਨੀ ਮੰਮੀ ਮੂਹਰੇ, ਜਿਹਦੇ ਨਾਲ ਟੈਨਸ਼ਨ ਹੋਵੇ ਮੰਮਾ ਨੂੰ। ਫਿਰ ਮੈਂ ਇਹੋ ਜਿਹੀ ਕੀ ਗੱਲ ਕਰਤੀ, ਮੈਂ ਤਾਂ ਕੁਛ ਕਿਹਾ ਹੀ ਨਹੀਂ, ਟੈਨਸ਼ਨ ਦੇਣ ਵਾਲਾ ਤਾਂ ਬਾਹਰ ਬੈਠਾ, ਵਿਆਹ ਉਹਨੇ ਕਰਾਇਆ, ਸਾਰਾ ਕੁਛ ਉਹਨੇ ਕਰਾਇਆ, ਟੈਨਸ਼ਨ ਉਹਨੇ ਦਿੱਤੀ ਆ, ਮੈਂ ਧੱਕੇ ਨਾਲੇ ਬਦਨਾਮ ਹੋਈ ਜਾਂਦੀ ਹਾਂ। ਤੇ ਡਾਕਟਰ ਨੇ ਕਹਿੰਦੇਗਾ ਕਿ ਇਹ ਕੋਈ ਗੱਲ ਨਹੀਂ ਕਰਨੀ ਡਿਪਰੈਸ਼ਨ ਵਾਲੀ, ਹੁਣ ਤਾਂ ਨਾ ਮੈਂ ਜਿੱਦਣ ਮੈਨੂੰ ਕਿਹਾ ਸੀ ਨਾ ਵੀ ਮੰਮੀ ਕੋਲ ਕੋਈ ਗੱਲ ਨਹੀਂ ਕਰਨੀ, ਮੈਂ ਕੋਈ ਗੱਲ ਨਹੀਂ ਕਰੀ ਹੈਗੀ ਉਹਨਾਂ ਕੋਲ, ਮੈਨੂੰ ਤਾਂ ਸਾਡੇ ਜਖਮ ਨੂੰ ਛਿੜਕਿਆ ਤਾਂ ਜੋ ਵੀ ਹੋਇਆ ਤੇਰੀ ਬਦੌਲਤ ਹੋਇਆ। ਮੇਰੀ ਗੱਲ ਸੁਣ ਲਓ ਧਿਆਨ ਨਾਲ, ਮੇਰੀ ਬਦੌਲਤ ਨਾ ਕੁਛ ਵੀ ਨਹੀਂ ਹੋਇਆ, ਟੈਨਸ਼ਨ ਉਹਨਾਂ ਨੂੰ ਸੀ, ਬਿਮਾਰੀ ਉਹਨਾਂ ਨੂੰ ਸੀ, ਚੱਲ ਵਸੇ ਦੁਨੀਆਂ ਦੇ ਵਿੱਚ ਹੋ ਜਾ, ਮੇਰਾ ਕੀ ਕਸੂਰ ਆ? ਮੈਨੂੰ ਧੱਕੇ ਨਾਲੇ ਬਦਨਾਮ ਕਰੀ ਜਾਂਦੇ ਹੋ ਤੁਸੀਂ, ਹੋਰ ਕੋਈ ਕੰਮ ਹੀ ਨਹੀਂ ਹੈਗਾ। ਮਾਰਾ ਤਾਈਓ ਹੈ, ਤੇਰੀ ਵਜ੍ਹਾ ਨਾਲ ਮਰੇ ਹੈ, ਕਦੇ ਵੀਰ ਦੀ ਗੱਲਾਂ ਕਰਕੇ, ਕਦੇ ਜ਼ਮੀਨ ਦੀ ਗੱਲਾਂ ਕਰਕੇ, ਹੈ ਤਾਂ ਦੁੱਖ ਦਿਖਾਈ ਗੱਲਾਂ ਬਹੁਤ ਕਰੀ ਮੰਮੀ ਨਾਲ, ਤਾਂ ਹੀ ਟੈਨਸ਼ਨ ਦਿੱਤੀ ਮੰਮੀ ਨੂੰ। ਲੈ ਦੱਸ ਹੱਦ ਹੋਈ ਜਾਂਦੀ ਆ, ਮੈਂ ਕਦੇ ਟੈਨਸ਼ਨ ਦਿੱਤੀ ਨਾ, ਮੈਂ ਕਦੇ ਦਿਲ ਦੁਖਾਤਾ, ਦਿਲ ਦੁਖਾਉਣ ਵਾਲਾ ਤੇ ਟੈਨਸ਼ਨ ਦੇਣ ਵਾਲਾ ਤਾਂ ਬਾਹਰ ਬੈਠਾ, ਨਜ਼ਾਰੇ ਲੈ ਰਿਹਾ ਉਹ ਤਾਂ, ਵਿਆਹ ਕਰਾ ਲਿਆ ਦੂਜਾ, ਆਖਿਰ ਬਦਨਾਮ ਮੈਨੂੰ ਕਰੀ ਜਾਂਦੇ ਵੀ ਤੈਂ ਮੇਰੀ ਮਾਂ ਮਾਰਤੀ। ਗਗਨ ਮੈਂ ਤੇਰਾ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਨਾ ਤਾਂ ਕਿ ਮੈਂ ਗੱਲ ਕਰ ਸੁਣੀ ਆ, ਤਾਂ ਪਲੀਜ਼ ਮੇਰੇ ਕੋਲ ਨਾ ਬਹਿ, ਬੈਠਣਾ ਬਹਿ ਨਹੀਂ ਅੰਦਰ ਜਾ। ਬਸ ਫਿਰ ਮੈਨੂੰ ਅੱਗੇ ਤੋਂ ਇਹ ਗੱਲ ਕਹਿਣ ਦੀ ਲੋੜ ਨਹੀਂ ਹੈਗੀ ਵੀ ਮੇਰੀ ਮਾਂ ਤੈਂ ਮਾਰੀ ਆ, ਸੁਣ ਗਿਆ? ਠੀਕ ਹੈ। ਬੋਲੂੰ ਤਾਂ ਮੈਂ ਵੀ ਬੋਲ ਸਕਦਾ, ਪਰ ਮੇਰੇ ਵਰਗਾ ਨਹੀਂ, ਲੋਕ ਕੀ ਸਮਝੂੰਗੇ, ਹਾਲੇ ਹੁਣ ਮਾਂ ਮਰੀ ਹੈ, ਹੁਣ ਆਪ ਲੜਨ ਲੱਗ ਗਏ। ਭਾਬੀ ਭਾਬੀ ਕੀ ਕਰੋਗੀ? ਕੁਝ ਨਹੀਂ, ਉਹ ਤਾਂ ਮੈਨੂੰ ਬੁਖਾਰ ਹੋ ਰਿਹਾ। ਉਹ ਦਵਾਈ ਲਈ? ਨਾ ਕੋਈ ਦਵਾਈ ਨਹੀਂ ਲਈ। ਤੁਸੀਂ ਬੈਠੋ, ਮੈਂ ਤੁਹਾਡੇ ਲਈ ਗੋਲੀ ਲੈ ਕੇ ਆਇਆ। ਸਿਰ ਵੀ ਫਟੀ ਜਾ ਰਿਹਾ। ਗੋਲੀ ਗਾਲੀ ਲੈਣੀ ਆ ਜੇ ਉੱਠਿਆ ਜਾਵੇ। ਹਲੋ ਬਈ, ਆ ਦਵਾਈ ਆ, ਪੈਰਾਸੀਟਾਮੋਲ ਹੈ। ਹਾਂਜੀ ਇੱਕ ਗੋਲੀ ਲੈ ਲਵਾਂ। ਬੱਲੇ ਤੁਹਾਡੇ ਆ ਕੀ ਹੋ ਰਿਹਾ? ਗਗਨ ਬੁਖਾਰ ਬੜਾ ਹੋ ਰਿਹਾ। ਮੈਂ ਗੋਲੀ ਦੇਣ ਆਇਆ ਸੀਗਾ। ਬੁਖਾਰ ਤਾਂ ਚੜਨਾ ਹੀ ਆ, ਬੈੱਡ ਤੋਂ ਤਾਂ ਮਹਾਰਾਣੀ ਨੇ ਪੈਰ ਥੱਲੇ ਤਾਰਨਾ ਨਹੀਂ ਹੈਗਾ। ਜੇ ਮਾੜਾ ਮੋਟਾ ਕੰਮ ਧੰਦਾ ਕਰੂ, ਹੱਡ ਗੋਡੇ ਚੱਲਦੇ ਰਹਿਣਗੇ, ਬੁਖਾਰ ਕਿੱਥੋਂ ਚੜ ਜਾਊਗਾ? ਗਗਨ ਜੇ ਸਾਰਾ ਦਿਨ ਵਿਹਲੇ ਤਾਂ ਬੈਠੇ ਰਹਿਣਾ। ਗਗਨ ਬੁਖਾਰ ਬਹੁਤ ਜ਼ਿਆਦਾ ਹੋ ਰਿਹਾ, ਨਹੀਂ ਮੈਂ ਤਾਂ ਆਪ ਹੀ ਕੰਮ ਕਰ ਲੈਂਦੀ ਉੱਠ ਕੇ। ਦੀਦੀ ਮੈਨੂੰ ਪਤਾ ਹੀ ਆ ਤੁਸੀਂ ਕਿੰਨਾ ਕੁ ਕੰਮ ਕਰਦੇ ਹੋ, ਕਿੰਨਾ ਕੁ ਕੰਮ ਨਹੀਂ ਕਰਦੇ, ਕਹਿਣ ਦੀ ਲੋੜ ਨਹੀਂ ਹੈਗੀ। ਗਗਨ ਪਲੀਜ਼, ਭਾਬੀ ਨੂੰ ਬੁਖਾਰ ਚੜਿਆ ਹੋਇਆ ਕੀ? ਪਲੀਜ਼ ਨਾਲੇ ਤੁਸੀਂ ਨਾ ਬਾਲੀ ਤਰਫਦਾਰੀ ਜੀ ਨਾ ਕਰਿਆ ਕਰੋ, ਆਪ ਦੀ ਫਿਕਰ ਨਹੀਂ ਹੈਗੀ ਤੁਹਾਨੂੰ, ਗੋਲੀਆਂ ਦੇਣ ਦੀ ਹੋ ਰਹੀ ਆ ਉਧਰ। ਉਹ ਮੇਰੀ ਭਾਬੀ ਹੈ, ਭਾਬੀ ਮੇਰੀ ਮਾਂ ਬਰਾਬਰ ਹੈ। ਪਤਾ ਹੀ ਆ ਮੈਨੂੰ ਕਿੰਨਾ ਕੁ ਮਾਂ ਬਰਾਬਰ ਆ, ਜਾ ਕੇ ਆਪਦਾ ਕੰਮ ਕਰ ਲਓ ਜਾਂ ਵਗ ਜਾਓ। ਗਗਨ ਨਾ ਲੜ, ਹੱਥ ਮੰਨ ਦੇ ਤੇਰੇ ਮੂਹਰੇ, ਮੈਥੋਂ ਨਹੀਂ ਚੱਲਿਆ ਜਾਂਦਾ। ਦੀਦੀ ਤੁਸੀਂ ਨਾ ਆਹ ਡਰਾਮੇ 'ਚ ਨਾ ਹੀ ਕਰੋ ਤਾਂ ਚੰਗਾ ਏ, ਠੀਕ ਆ? ਮੇਰੇ ਮੂਹਰੇ ਤਾਂ ਇਹ ਚੱਲਦੇ ਨਹੀਂ ਹੈਗੇ, ਨਾਲੇ ਗੱਲ ਸੁਣ ਲਓ ਭਾਈ ਮੇਰੀ, ਕੰਨ ਖੋਲ੍ਹ ਕੇ, ਇਸ ਘਰ ਦੇ ਵਿੱਚ ਰਹਿਣਾ ਤਾਂ ਕੰਮ ਤਾਂ ਕਰਨਾ ਪਊਗਾ, ਮੈਨੂੰ ਵਿਹਲਾ ਬੰਦਾ ਪਸੰਦ ਨਹੀਂ ਹੈਗਾ। ਕੋਈ ਨਾ, ਮੈਂ ਆਪ ਹੀ ਕਰ ਲੂੰਗੀ ਉੱਠ ਕੇ ਕੰਮ, ਤੂੰ ਛੱਡ ਦੇ ਮੇਰੇ ਹਿੱਸੇ ਦਾ ਕੰਮ, ਤੂੰ ਆਪਦਾ ਕਰ ਲਾ। ਅੱਛਾ ਵੀ ਹਿੱਸੇ ਦਾ ਕੰਮ ਪਿਆ ਰਹੇ ਹੈ? ਮੈਂ ਗੋਲੀ ਲੈ ਕੇ ਉੱਠ ਖੜਦੀ ਆ, ਕੰਮ ਕਰ ਦਿੰਨੀ ਆ। ਪਲੀਜ਼ ਕੀ ਪਲੀਜ਼, ਤੁਸੀਂ ਜਾਣਾ ਕਿ ਨਹੀਂ ਜਾਣਾ ਇੱਥੋਂ? ਜਾ ਵਗ ਜਾ ਜੱਗੀ, ਵਗ ਜਾ। ਭਾਬੀ ਦਵਾਈ ਲੈ ਲਿਓ।
ਦੀਦੀ ਨਾਲ ਨਾ ਮੇਰੀ ਗੱਲ ਸੁਣ ਲਓ ਕੰਨ ਖੋਲ ਕੇ। ਆਹ ਡਰਾਮੇ ਜਿਹੇ ਨਾ ਜਿਹੜੇ ਤੁਸੀਂ ਕਰਦੇ ਸੀ ਇਹ ਮੰਮੀ ਮੂਹਰੇ ਚੱਲਦੇ ਸੀ ਅਤੇ ਉਹੀ ਤੁਹਾਡੀ ਹੈਲਪ ਕਰ ਦਿੰਦੇ ਸੀ। ਹੁਣ ਇੱਥੇ ਨਾ ਤੁਹਾਡੀ ਕੋਈ ਤਰਫਦਾਰੀ ਕਰਨ ਵਾਲਾ ਹੈ ਨਹੀਂ। ਨਾਲ ਨਾ ਜਿਹੜੇ ਤੁਸੀਂ ਇਹ ਚੱਕਰ ਜਿਹੇ ਚਲਾ ਰਹੇ ਹੋ ਨਾ ਇਹ ਬੰਦ ਕਰ ਦਿਓ ਤਾਂ ਚੰਗੀ ਗੱਲ ਆ। ਕੋਈ ਇੱਥੇ ਕਿਸੇ ਦੀ ਭਾਬੀ ਨਹੀਂ ਹੈਗੀ, ਕੋਈ ਇੱਥੇ ਕਿਸੇ ਦਾ ਦਿਓਰ ਨਹੀਂ ਹੈਗਾ, ਸਭ ਪਤਾ ਮੈਨੂੰ। ਕਿਹੜੇ ਚੱਕਰ ਚਲਾ ਰਹੀ ਹਾਂ ਮੈਂ? ਤੁਹਾਨੂੰ ਵੀ ਪਤਾ ਹੀ ਹੈ ਹੁਣ ਵੀਰ ਜੀ ਨੇ ਤਾਂ ਵਿਆਹ ਕਰਾ ਲਿਆ ਉੱਥੇ, ਹੁਣ ਤੁਸੀਂ ਆਹ ਕੰਮ ਸ਼ੁਰੂ ਕਰਤਾ ਵੀ ਮੈਂ ਹੁਣ ਇਹਦਾ ਘਰ ਪੱਟਣਾ, ਇਹਦਾ ਘਰ ਖਰਾਬ ਕਰਦਾ। ਜਾ ਗਗਨ, ਮੈਂ ਤੇਰੇ ਨਾਲ ਜੀਤ ਨਹੀਂ ਸਕਦੀ, ਤੇਰੀ ਸੋਚ ਬਹੁਤ ਗਲਤ ਹੈਗੀ। ਹਾਂ ਹਾਂ, ਮੇਰੀ ਸੋਚ ਤਾਂ ਆਪੇ ਗਲਤ ਹੋਣੀ ਆ, ਮੈਨੂੰ ਕਿਹੜਾ ਦਿਖਦਾ ਮੇਰੀਆਂ ਤਾਂ ਅੱਖਾਂ ਫੁੱਟੀਆਂ ਹੋਈਆਂ ਨੇ। ਤੁਸੀਂ ਕਰੋ ਇੱਥੇ ਐਸ ਪ੍ਰਸ਼ਤੀਆਂ, ਜੇ ਤਾਂ ਰਹਿਣਾ ਇੱਥੇ ਤਾਂ ਰਹੋ, ਨਹੀਂ ਆਪਦੇ ਪੇਕੇ ਵਗ ਜਾਓ। ਮੈਂ ਆਪਦਾ ਘਰ ਨਹੀਂ ਖਰਾਬ ਕਰਨਾ ਚਾਹੁੰਦੀ ਬਈ, ਸਿੱਧੀ ਜੀ ਗੱਲ ਆ ਮੇਰੇ ਕੋਲ ਤਾਂ। ਕਮਾਲ ਦੀ ਗੱਲ ਹੈ, ਮੈਂ ਕਿਵੇਂ ਪੇਕੇ ਵਗ ਜਾਂ, ਮੇਰਾ ਵੀ ਤਾਂ ਇਹ ਘਰ 'ਚ ਹਿੱਸਾ ਹੈ। ਫਿਰ ਇੱਥੇ ਹਿੱਸਾ ਜੇ ਇੱਥੇ ਰਹੋ, ਬੰਦਿਆਂ ਵਾਂਗੂ ਰਹੋ, ਮੇਰਾ ਘਰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ। ਇੰਨੀ ਸੋਚ ਗਲਤ ਹੈ, ਮਤ ਬਖਸ਼ੀ ਇਹਨੂੰ। ਦੱਸ ਕੀ ਸੋਚ ਰਹੀ ਹੈਗੀ ਇਹ? ਉਹ ਤਾਂ ਵਿਚਾਰਾ ਮੈਨੂੰ ਭੈਣ ਕਹਿੰਦਾ ਹੈਗਾ, ਮੈਂ ਭਾਈ ਸਮਝਦੀ ਹੈਗੀ ਉਹਨੂੰ। ਇੰਨੇ ਭੈੜੇ ਦੂਸ਼ਣ ਲਾਉਂਦੀ ਹੈਗੀ, ਪਤਾ ਨਹੀਂ ਕੀ ਰੱਬ ਨੇ ਮੇਰੇ ਕਰਮਾਂ 'ਚ ਲੀਤਾ, ਇੰਨੇ ਦੁੱਖ ਦੇ ਰਿਹਾ ਨਾ ਜਿੰਨੇ ਵੀ ਕਹਿ ਦੇ। ਭਾਬੀ ਤੁਸੀਂ ਕੀ ਕਰ ਰਹੇ ਹੋ, ਭਾਂਡੇ ਮਾਂਜ ਰਹੇ ਹੋ? ਜੱਗੀ ਬੁਖਾਰ ਤੁਹਾਨੂੰ ਚੜਿਆ ਹੋਇਆ ਹੈ, ਤੁਸੀਂ ਆਰਾਮ ਕਰ ਲਓ ਅੰਦਰ ਜਾ ਕੇ। ਕੋਈ ਨਾ ਜੱਗੀ, ਮੈਂ ਹੌਲੀ ਹੌਲੀ ਕਰ ਲੂੰਗੀ। ਭਾਬੀ ਤੁਸੀਂ ਛੱਡੋ, ਭਾਬੀ ਤੁਸੀਂ ਛੱਡੋ, ਅੰਦਰ ਆਰਾਮ ਕਰੋ, ਆਓ। ਨਹੀਂ ਜੱਗੀ, ਕਿੰਨੀ ਵਿਗੜੀ ਹੋਈ ਹੈ। ਕੋਈ ਨਾ, ਗੋਲੀ ਲੈ ਕੇ ਠੀਕ ਹੋ ਗਈ। ਕੋਈ ਨਹੀਂ ਭਾਬੀ, ਤੂੰ ਅੰਦਰ ਆਓ। ਭਾਬੀ ਜੀ ਰਹਿਣ ਦੇ ਜੱਗੀ। ਨਹੀਂ ਨਹੀਂ ਭਾਬੀ, ਤੂੰ ਅੰਦਰ ਆਓ, ਸੋ ਆ ਕੇ ਅੰਦਰ ਆਰਾਮ ਕਰੋ ਜੀ। ਸਿਰ ਨੇ ਧੱਕਾ ਨਾ ਕਰੋ, ਠੀਕ ਹੈ? ਚਲੋ ਅੰਦਰ ਆਰਾਮ ਕਰੋ ਜਾ ਕੇ, ਨਹੀਂ ਤੇ ਮੈਂ ਲੱਗ ਜਾਣੇ ਮਾਂਜਣ ਭਾਂਡੇ। ਹਾਂ ਆਹੀ ਕਸਰ ਰਹਿ ਗਈ ਸੀ, ਤੂੰ ਮਾਂਜਣਾ ਭਾਂਡੇ। ਮੇਰੇ ਨਾਲ ਕਦੇ ਮੰਜਵਾਏ ਨਹੀਂ ਭਾਂਡੇ ਤੈਨੇ। ਉਹ ਭਾਬੀ ਬਿਮਾਰ ਹੈ, ਮੈਂ ਤਾਂ ਕਹਿ ਰਿਹਾ। ਮੈਨੂੰ ਕਿਹੜਾ ਦਿਖਦਾ, ਮੇਰੀਆਂ ਤਾਂ ਅੱਖਾਂ ਫੁੱਟੀਆਂ ਹੋਈਆਂ ਨੇ ਵੀ ਬਿਮਾਰ ਆ ਭਾਬੀ। ਉਹ ਤੈਨੂੰ ਸ਼ਰਮ ਚਾਹੀਦੀ ਹੈ, ਤੈਨੂੰ ਮਾਂਜਣ ਕਹਿੰਦੇ ਭਾਂਡੇ ਆ ਕੇ, ਇਹ ਭਾਬੀ ਮਾਂਜ ਰਹੀ ਹੈ। ਹੋਰ ਕੁਛ? ਹੋਰ ਕੋਈ ਵੀ ਕੰਮ ਕਰ ਲੈਣੀ ਆ ਮੈਂ, ਸਾਰੇ ਘਰ ਦਾ ਠੇਕਾ ਲਿਆ ਹੋਇਆ ਮੈਨੇ। ਤੂੰ ਘਰ ਦੀ ਨੂੰਹ ਹੈ, ਸਮਝ ਲੱਗੀ? ਅੱਛਾ, ਹੋਰ ਇਹ ਕੀ ਮਹਾਰਾਣੀ ਹੈ? ਇਹ ਬੜੀ ਹੈ ਤੇਤੋਂ, ਤੇ ਮੇਤੋਂ ਹੀ ਬੜੀ ਹੈ। ਜੇ ਵੱਡੀ ਹੈ ਤਾਂ ਮਤਲਬ ਕੰਮ ਨਹੀਂ ਕਰਨਾ ਹੈਗਾ ਹੈ। ਇਹ ਮੇਰੀ ਮਾਂ ਵੀ ਮੇਰੀ ਭੈਣ ਵੀ ਹੈ ਇਹ। ਤੂੰ ਨਾ ਸਾਡੀਆਂ ਗੱਲਾਂ ਦੇ ਵਿੱਚ ਨਾ ਵਾਲੀ ਦਖਲਅੰਦਾਜ਼ੀ ਦਿਆ ਕਰ, ਤੈਨੂੰ ਮੈਂ ਦੱਸਤਾ, ਪਹਿਲਾਂ ਵੀ ਕਹਿ ਕੇ ਹਟੀ ਆ। ਗਗਨ ਨਾ ਬੋਲ, ਇੰਨਾ ਮੈਂ ਕਰ ਨਹੀਂ। ਬਸ ਰਹਿਣ ਦੇ ਦੀਦੀ, ਹੁਣ ਤਾਂ ਆਹੀ ਕਸਰ ਰਹਿ ਗਈ ਦੀਦੀ, ਮੈਂ ਮਗਰ ਲਾਣਾ ਦੀ ਲਾ ਲਿਆ, ਹੋ ਗਈ ਕਸਰ ਪੂਰੀ ਜਿਹੜੀ ਹੋਣੀ ਸੀ। ਕਮਾਲ ਦੀ ਗੱਲ ਹੈ, ਮੈਂ ਕੀ ਮਗਰ ਲਾ ਲਿਆ? ਮਗਰ ਹੀ ਲਾਇਆ ਹੋਇਆ, ਅੱਜ ਤੱਕ ਇਹਨੇ ਮੈਨੂੰ ਤਾਂ ਕਿਹਾ ਨਹੀਂ ਹੈਗਾ ਵੀ ਤੂੰ ਹਟ ਜਾ, ਮੈਂ ਮਾਜ ਦਿੰਦਾ ਭਾਂਡੇ। ਉਹ ਗਗਨ ਬਿਮਾਰ ਆ ਭਾਬੀ, ਉਹ ਕੀ ਕਰਨ ਚਾਰੇ? ਫਿਰ ਜੇ ਠੇਕਾ ਲਿਆ ਹੋਇਆ। ਕੋਈ ਨਾ, ਮੈਂ ਆਪੇ ਕਰ, ਪਿਆਰ ਨਾਲ ਵਗ ਜਾ ਭਾਬੀ, ਅੰਦਰ ਚਲੋ। ਨਹੀਂ ਜੀ, ਮੈਂ ਆਪੇ ਕਰ ਲੈਣਾ। ਭਾਬੀ ਤੁਹਾਨੂੰ ਮੈਂ ਚਾਹ ਰਿਹਾ, ਦੇਖ ਲੈ ਨਖਰੇ, ਦੇਖੋ ਨਖਰੇ, ਅੰਦਰ ਚਲੋ ਤੁਸੀਂ। ਆਹੀ ਕੁਝ ਦੇਖਣ ਤੋਂ ਰਹਿ ਗਿਆ ਸੀ ਬਸ। ਗਗਨ ਤਾਂ ਕਲੇਸ਼ ਕਰਨਾ ਘਰ ਚੋਂ, ਕਲੇਸ਼ ਤਾਂ ਹੋਇਆ ਪਿਆ, ਹੋਰ ਕੀ ਹੋਊਗਾ, ਤੂੰ ਬਾਅਦ ਕਲੇਸ਼ ਹੀ ਆ ਇਹ। ਦਾਦੀ ਨੂੰ ਵਿਆਹ ਕੇ ਨਾ ਕਲੇਸ਼ ਹੀ ਹੋ ਰਿਹਾ ਘਰ ਚ। ਜੇ ਤੂੰ ਸਮਝਦਾ ਰਹੋਗੇ ਨਾ, ਕਲੇਸ਼ ਤਾਂ ਉਹੀ ਨਾ ਹੋਵੇ ਘਰ ਚ। ਤੈਨੂੰ ਮੇਰੀ ਗੱਲ ਮੰਨਣੀ ਚਾਹੀਦੀ ਨਾ ਕਿ ਇਹਦੀ। ਅੱਛਾ ਮੈਂ ਪਾਗਲ ਹਾਂ, ਤੂੰ ਸਹੀ ਹੈ, ਝੂਠਾ। ਹਾਂ ਸੁਣ ਲਾ, ਸੁਣ ਲਾ ਗੱਲ, ਸੁਣ ਗੱਲ, ਸੁਣ ਲਾ ਕੀ ਕਹਿੰਦੀ ਆ ਭਾਬੀ। ਅੰਦਰ ਚਲੋ ਤੁਸੀਂ, ਅੰਦਰ ਚਲੋ, ਅੰਦਰ ਚਲੋ, ਮੇਰੀ ਗੱਲ ਸੁਣ ਲਓ ਦੀਦੀ। ਜੇ ਤਾਂ ਇੱਥੇ ਰਹਿਣਾ ਤਾਂ ਮੈਂ ਪਹਿਲਾਂ ਵੀ ਕਹਿ ਕੇ ਹਟੀ ਤਾਂ ਬੰਦੇ ਵਾਂਗੂ ਰਹਿ ਲਓ, ਨਹੀਂ ਆਵਾ ਚੱਕੋ ਤਾਂ ਬੋਰੀ ਬਿਸਤਰਾ ਤੋਂ ਤਿੱਤਰ ਹੋਵੋ। ਘਰ ਦੀ ਮਾਲਕਣ ਆਓ, ਰਾਤ ਦਾ ਪੂਰਾ ਜੋ ਪਿਆਰਾ ਹੋਵੇ ਲੱਕਾ। ਹਾਂ ਉਹ ਬਣੀ ਆ, ਉਹ
ਮੇਰੀ ਗੱਲ ਮੇਰੇ ਭਰਾ ਦੀ ਘਰ ਵਾਲੀ ਆ ਉਹ ਜੀ ਮੇਰੇ ਹੱਕ ਹੈ ਕਿਹੜਾ ਘਰ ਵਾਲਾ ਜਿਹਨੇ ਵਿਆਹ ਕਰਾ ਲਿਆ ਦੂਜਾ ਉਹ ਘਰ ਵਾਲਾ ਦੇਖ ਮੇਰੇ ਭਰਾ ਨੂੰ ਬਦਨਾਮ ਨਾ ਕਰ ਤੂੰ ਪਹਿਲਾਂ ਬਹੁਤ ਕਰ ਚੁੱਕੀ ਉਹ ਜਿਹਨੇ ਸਾਫੀਆਂ ਮਾਰੀ ਤੇਰੀ ਕਰਕੇ ਮੇਰੀ ਮਾਂ ਮਰੀ ਹੈ ਹਾਂ ਮਾਰ ਲੋ ਜਿਹਨੇ ਸਾਫੀਆਂ ਮਾਰੇ ਨੇ ਜਿਹਨੇ ਇਹ ਕਰ ਲਿਆ ਗਗਨ ਜਿਹਾ ਜਿਹਾ ਘਰ ਤੇਰਾ ਨਾ ਉਹੇ ਜਿਹਾ ਮੇਰਾ ਮੈਂ ਵੀ ਇੱਥੇ ਵਿਆਹ ਕੇ ਆਈ ਹੋਈ ਆ ਤੂੰ ਵੀ ਵਿਆਹ ਕੇ ਆਈ ਹੋਈ ਆ ਨਾ ਤੂੰ ਮੈਨੂੰ ਕੱਢ ਸਕਦੀ ਹੈ ਠੀਕ ਹੈ ਫਿਰ ਮੇਰੀ ਗੱਲ ਸੁਣ ਲਓ ਰਹਿਣਾ ਤਾਂ ਬੰਦਿਆਂ ਵਾਂਗੂ ਇਹਨੂੰ ਕਹੋ ਆਪਣੀ ਗੱਲ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੇਰਾ ਬੰਦਾ ਤੂੰ ਰੋਕ ਲੈ ਸੁਣ ਲਾ ਹੋਰ ਤਰ੍ਹਾਂ ਦੀ ਮੇਰੀ ਬੇਇੱਜ਼ਤੀ ਆਹੀ ਕਸਰ ਰਹਿੰਦੀ ਨਹੀਂ ਮੇਰੀ ਭਾਬੀ ਆ ਉਹ ਜਾ ਬੰਦ ਜਾ ਗਗਨ ਅੱਜ ਮੈਂ ਤੇ ਬਰਦਾਸ਼ਤ ਕਰਤਾ ਸਮਝ ਲੱਗੀ ਮੈਂ ਵੀ ਘਰ ਦਾ ਮਾਲਕ ਆ ਜਿਵੇਂ ਚਾਹਣਾ ਤੈਨੂੰ ਵੀ ਕਰ ਸਕਦਾ ਘਰ ਤੋਂ ਬਾਹਰ ਮੈਂ ਇੰਨੀ ਸਿਆਣੀ ਨਾ ਬਣ ਸਮਝ ਲੱਗੀ ਤੂੰ ਜਾ ਬੰਦ ਜਾ ਮੇਰੀ ਗੱਲ ਕਰ ਲੈਣ ਦੇ ਦੀਦੀ ਗੱਲ ਸੁਣ ਲਓ ਮੇਰੀ ਹੱਥ ਬਣਾ ਲਓ ਮੇਰੇ ਤੋਂ ਪੈਰੀ ਹੱਥ ਲਵਾ ਲਓ ਮੇਰੇ ਘਰ ਵਾਲੇ ਨੂੰ ਤੇ ਮੈਨੂੰ ਬਖਸ਼ ਦਿਓ ਨਾ ਮੈਂ ਹੁਣ ਤੁਹਾਨੂੰ ਕੀ ਕਹਿਤਾ ਮੈਂ ਤਾਂ ਤੁਹਾਨੂੰ ਬੁਲਾਉਂਦੀ ਤੱਕ ਨਹੀਂ ਗਗਨ ਜੇ ਨਹੀਂ ਮੈਨੂੰ ਨਹੀਂ ਬੁਲਾਉਂਦੀ ਉਹਨੂੰ ਵੀ ਨਾ ਬੁਲਾਇਆ ਕਰੋ ਉਹਨੂੰ ਕੀ ਆਉਂਦੇ ਮਗਰ ਲਾ ਰੱਖਿਆ ਮਗਰ ਲਾ ਰੱਖਿਆ ਸ਼ਰਮ ਕਰ ਮਾੜੀ ਮੋਟੀ ਸ਼ਰਮ ਮੈਨੂੰ ਨਹੀਂ ਸ਼ਰਮ ਤਾਂ ਤੁਹਾਨੂੰ ਆਉਣੀ ਚਾਹੀਦੀ ਆ ਕਿਉਂ ਮੇਰੀ ਗੱਲ ਘੱਟ ਤੁਹਾਡੀ ਗੱਲ ਵੱਧ ਮੰਨਦਾ ਉਹ ਗਗਨ ਤੇਰੇ 'ਚ ਗਲਤੀਆਂ ਨੇ ਤੇਰੀ ਤਾਂ ਨਹੀਂ ਮੰਨਦਾ ਹੈਗਾ ਹਾਂ ਹਾਂ ਬਈ ਮੇਰੇ 'ਚ ਗਲਤੀਆਂ ਨੇ ਮੈਂ ਹੀ ਗਲਤੀਆਂ ਦਾ ਪੁਤਲਾ ਤੁਸੀਂ ਉਹ ਸਹੀ ਹੋ ਇੱਥੇ ਮਗਰ ਤੁਹਾਨੂੰ ਲਾਸਟ ਵਾਰ ਕਹਿਣਾ ਸੀ ਕਹਿਤਾ ਇਹ ਤੋਂ ਬਾਅਦ ਮੇਰੇ ਤੋਂ ਬੁਰਾ ਹੋਈ ਕਮਾਲ ਦੀ ਗੱਲ ਹੈ ਇਹਦੀ ਕਹਿੰਦੀ ਮੇਰੇ ਤੋਂ ਬੁਰਾ ਕੋਈ ਨਹੀਂ ਲੈ ਕੱਢ ਕੇ ਦਿਖਾਈ ਤੂੰ ਮੈਨੂੰ ਘਰ ਤੋਂ ਫਿਰ ਦੇਖਦੀ ਹੈ ਮੈਂ ਤੈਨੂੰ ਗਾਹੀ ਗਾਹਾਂ ਮੂੰਹ ਪਾਉਂਦੀ ਫਿਰਦੀ ਹੈਗੀ ਮੈਂ ਨਾ ਸ਼ਾਮ ਨਹੀਂ ਆਊਂਗਾ ਜਦ ਤੱਕ ਘਰ ਦੇ ਕਚਕਚ ਨਹੀਂ ਮੁੱਕਦੀ ਮੈਂ ਨਹੀਂ ਆਉਣਾ ਲੈ ਦੱਸ ਨਵੀਆਂ ਗੱਲਾਂ ਲੱਗ ਗਿਆ ਸੁਣਾਉਣ ਆਖੀ ਮੇਰੀ ਭਾਬੀ ਆ ਮਾਵਾਂ ਵਰਗੀ ਆ ਸਾਰਾ ਹੀ ਪਤਾ ਮੈਨੂੰ ਪਤਾ ਨਹੀਂ ਕਿੱਧਰ ਨਿਕਲਿਆ ਕਿੱਧਰ ਨਾ ਹੁਣ ਆਹ ਸਹੀ ਮੌਕਾ ਤਾਂ ਗਿਆ ਹੋਇਆ ਬਾਹਰ ਨੂੰ ਇਹ ਮੈਡਮ ਨੂੰ ਘਰੋਂ ਕੱਢਣਾ ਮੇਰੇ ਵਾਸਤੇ ਜਮਾਂ ਹੀ ਸੌਖਾ ਜੇ ਆ ਕੇ ਪੁੱਛਿਆ ਵੀ ਕਿੱਥੇ ਆ ਕਹਿ ਦੂੰਗੀ ਵੀ ਇਹਨਾਂ ਦਾ ਕਲੇਸ਼ ਹੋ ਕੇ ਹਟਿਆ ਅਗਲੀ ਕੱਪੜੇ ਚੱਕ ਕੇ ਆਪਦੇ ਪੇਕੇ ਬਾਗੀ ਇਹਦਾ ਕਿੱਸਾ ਤਾਂ ਅੱਜ ਮੈਂ ਹੀ ਕਰਦੀ ਹਾਂ ਖਤਮ ਬਾਹਲੀ ਚੰਬਲੀ ਫਿਰਦੀ ਆ ਕਰ ਲਈਆਂ ਜਿਹੜੀਆਂ ਐਸ਼ਾਂ ਬੁੜੀ ਦੇ ਸਿਰ 'ਤੇ ਕਰਨੀਆਂ ਤੀਆਂ ਦੀਦੀ ਮੇਰੀ ਗੱਲ ਸੁਣਿਓ ਮਾੜੀ ਜੀ ਆ ਕੇ ਕੀ ਹੋ ਗਿਆ ਬਾਹਰੇ ਆ ਜਾਓ ਮੇਰੀ ਗੱਲ ਸੁਣ ਲਓ ਇੱਕ ਮਿੰਟ ਗਗਨ ਮੈਂ ਕੰਮ ਕਰ ਰਹੀ ਹਾਂ ਮੇਰੇ ਤੋਂ ਨਹੀਂ ਆਇਆ ਜਾਂਦਾ ਬਾਹਰ ਜ਼ਰੂਰੀ ਗੱਲ ਕਰਨੀ ਹੈ ਮੈਨੇ ਦੋ ਮਿੰਟ ਮੇਰੀ ਗੱਲ ਸੁਣ ਲਓ ਆ ਕੇ ਇੱਥੇ ਦੱਸ ਰਹੀ ਕੀ ਗੱਲ ਹੈਗੀ ਮੈਂ ਕਹੀ ਜਾਂਦੀ ਹਾਂ ਕੌਣ ਲੈ ਆ ਕੀ ਗੱਲ ਬਣੀ ਤੂੰ ਮੈਨੂੰ ਦੱਸ ਮੇਰੀ ਗੱਲ ਸੁਣ ਲਾ ਲੈ ਆ ਕੀ ਗੱਲ ਬਣੀ ਗੱਲ ਸੁਣ ਲਾ ਮੇਰੀ ਬਹੁਤ ਕਰ ਲਈ ਤੈਨੇ ਆਪਦੀ ਮਨ ਮਰਜ਼ੀ ਇਸ ਘਰ ਦੇ ਵਿੱਚ ਹੁਣ ਤੂੰ ਇੱਕ ਸਕਿੰਟ ਵੀ ਨਹੀਂ ਰੁਕੇਂਗੀ ਮੈਂ ਆਪਦਾ ਘਰ ਖਰਾਬ ਨਹੀਂ ਕਰਨਾ ਚੱਲ ਬਾਰੇ ਨਹੀਂ ਆਏ ਤੂੰ ਮੈਨੂੰ ਕੀ ਮੈਂ ਤੈਨੂੰ ਕਿਹਨੇ ਚੱਲ ਬਾਰੇ ਕਰਮਜੀਤ ਕੀ ਗੱਲ ਹੋ ਗਈ ਗਗਨ ਤਾਂ ਗਗਨ ਮਾਰ ਰਹੀ ਹੈ ਕੀ ਗੱਲ ਹੋ ਗਈ ਕਰਮਜੀਤ ਹੈ ਦੱਸ ਹਾਂ ਮੈਂ ਤੁਸੀਂ ਆ ਗਏ ਮੈਂ ਤਾਂ ਆ ਗਿਆ ਪਰ ਤੂੰ ਧੱਕਾ ਕਦੇ ਮਾਰਿਆ ਇਹਨੂੰ ਗਗਨ ਰੋ ਨਾ ਰੋ ਨਾ ਧੱਕਾ ਮਾਰਿਆ ਮੈਨੂੰ ਇਹਦੀਆਂ ਕਰਤੂਤਾਂ ਕਰਕੇ ਕੀ ਕਰਤਾ ਇਹਨੇ ਕੀ ਕਰਤਾ ਇਹਨੇ ਦੱਸ ਜਿਵੇਂ ਵੀਰ ਜੀ ਤੁਸੀਂ ਵਿਆਹ ਕਰਾ ਲਿਆ ਵਿਆਹ ਕਰਾ ਲਿਆ ਕਿਹਨੇ ਵਿਆਹ ਕਰਾ ਲਿਆ ਤੈਨੂੰ ਕੌਣ ਕਹਿੰਦਾ ਵਿਆਹ ਕਰਾ ਲਿਆ ਦੇਖਿਓ ਜੀ ਤੁਹਾਡੇ ਕਿਸੇ ਦੋਸਤ ਦਾ ਫੋਨ ਆਇਆ ਸੀ ਕਹਿੰਦੇ ਗਰਿੰਦਰ ਨੇ ਤਾਂ ਵਿਆਹ ਕਰਵਾ ਲਿਆ ਓਹੋ ਜਗਤਾਰ ਨੇ ਕਿਹਾ ਹੋਣਾ ਮੈਨੂੰ ਤਾਂ ਪਤਾ ਨਹੀਂ ਚੱਕੀ ਹਾਂ ਉਸੇ ਨੇ ਕਿਹਾ ਸੀਗਾ ਉਹ ਉਦਣ 1 ਅਪ੍ਰੈਲ ਤਾਂ ਉਹ ਤਾਂ ਚੱਲਾ ਸਾਰਿਆਂ ਨੂੰ ਮਜ਼ਾਕ ਕਰ ਰਿਹਾ ਸੀ ਮੈਂ ਕੋਲੇ ਖੜਾ ਸੀ ਜਦ ਫੋਨ ਲਾਇਆ ਹੋਣਾ ਜਾਂ ਉਹਦੇ ਕੋਲ ਫੋਨ ਆਇਆ ਹੋਣਾ ਉਹ ਤਾਂ 1 ਅਪ੍ਰੈਲ ਤਾਂ ਸਾਰਿਆਂ ਨੂੰ ਮਜ਼ਾਕ ਕਰ ਰਿਹਾ ਤਾਂ ਤੁਸੀਂ ਤਾਂ ਕਹਿਤਾ ਜੀ ਪਰ ਵੀ ਨੂਰੇ ਸੁਣਨੀਆਂ ਬੜੀਆਂ ਔਖੀਆਂ ਹੋ ਗਈਆਂ
ਇੱਕ ਮੰਮੀ ਦੀ ਦੇਖਿਆ ਜਿਹੜੇ ਮੇਰੇ ਸਾਥ ਦਿੰਦੀ ਨੀ। ਕਿੱਥੇ ਮੈਂ ਮੰਮੀ ਕਿੱਥੇ ਹੈਗੀ? ਮੰਮੀ ਤਾਂ ਮੰਮੀ ਕਿੱਥੇ ਦੱਸ ਤੇ ਦੇ ਵੀਰੇ, ਮੰਮੀ ਤਾਂ ਇਸ ਦੁਨੀਆ ਤੋਂ ਚਲੇ ਗਏ। ਮੰਮੀ ਮੰਮੀ ਦਾ ਨਹੀਂ ਪਤਾ ਰੱਬਾ ਓਏ, ਤੁਹਾਡਾ ਦੂਜਾ ਵਿਆਹ ਹੋ ਗਿਆ, ਮੰਮੀ ਬਿਮਾਰ ਬੋਲ ਰਹੇ, ਮੰਮੀ ਇਸ ਦੁਨੀਆ ਤੋਂ ਚਲੇ ਗਏ। ਹਾਂ ਕੀ ਹੋ ਗਿਆ ਰੱਬਾ, ਤੂੰ ਕੀ ਕੀਤਾ ਕਰਮਜੀਤ? ਇਹ ਸਾਰਾ ਕੁਛ ਨਾ ਮੇਰੇ ਕਰਕੇ ਹੋਇਆ, ਉਹਨੇ ਝੱਲੇ ਦਾ ਮਜ਼ਾਕ ਕਰਤਾ, ਮਜ਼ਾਕ ਕਰਨ ਤੋਂ ਬਾਅਦ ਸਾਡੀ ਲੜਾਈ ਹੋ ਗਈ, ਅਫਸਰ ਨਾਲ ਮੈਂ ਲੜ ਪਿਆ, ਉਹ ਨਾਲ ਲੱਗ ਗਿਆ ਮੇਰੇ। ਉਹ ਤਾਂ ਗੱਲ ਠੀਕ ਹੈ ਜੀ, ਪਰ ਐਡਾ ਵੱਡਾ ਮਜ਼ਾਕ ਥੋੜੀ ਕਿਸੇ ਨੂੰ ਕਰੀਦਾ ਹੁੰਦਾ ਹੈਗਾ। ਹਾਏ ਉਹਨੇ ਮਜ਼ਾਕ ਕਰਿਆ ਤੁਹਾਡੇ। ਹੇ ਵਾਹਿਗੁਰੂ, ਚਲੋ ਹੁਣ ਤੁਸੀਂ ਆ ਗਏ ਨਾ, ਪਰ ਹੁਣ ਬਾਹਰ ਜਾਇਓ। ਇਹਨੂੰ ਕਾਹਨੂੰ ਕੱਢ ਰਹੀ ਘਰ ਤੋਂ? ਇਹ ਤਾਂ ਕਿ ਬਹੁਤ ਵੱਡੀ ਵੱਡੀ ਗੱਲਾਂ ਕਰ ਰਹੀ ਹੈ ਜੀ, ਤੁਸੀਂ ਅੰਦਰ ਚੱਲੋ, ਮੈਂ ਤੁਹਾਨੂੰ ਅੰਦਰ ਦੱਸੂਗੀ ਸਾਰੀ ਗੱਲ। ਅੰਦਰ ਤਾਂ ਚੱਲਦੇ ਗਗਨ, ਗੱਲ ਸੁਣ ਮੇਰੀ, ਤੂੰ ਛੋਟੀਆਂ ਭੈਣਾਂ ਵਰਗੀਆਂ ਮੇਰੀਆਂ, ਠੀਕ ਹੈ? ਕੋਈ ਮੇਰਾ ਵਿਆਹ ਨਹੀਂ ਹੋਇਆ, ਉੱਥੇ ਸਾਡੀ ਲੜਾਈ ਹੋ ਗਈ, ਨਾਲ ਲੱਗ ਗਿਆ, ਸਾਨੂੰ ਹੋ ਗਈ ਸਜ਼ਾ 6 ਮਹੀਨੇ ਦੀ, ਸਾਤੋਂ ਘਰੇ ਫੋਨ ਨਹੀਂ ਕਰ ਹੋਇਆ, ਪਰ ਤੁਸੀਂ ਤਾਂ ਪਿੱਛੋਂ ਯਾਰ ਮਾਂ ਹੀ ਚੜਾਤੀ ਗੱਡੀ ਹੈ, ਕਮਾਲ ਹੈ ਤੁਹਾਡੇ ਵਾਲੀ। ਮੇਰੀ ਗੱਲ ਸੁਣੋ, ਉਹ ਤਾਂ ਜਦ ਪਤਾ ਲੱਗਿਆ ਨਹੀਂ ਤੁਸੀਂ ਦੂਜਾ ਵਿਆਹ ਕਰਾ ਲਿਆ, ਫਿਰ ਮੰਮੀ ਬਿਮਾਰ ਰਹਿਣ ਲੱਗ ਗਈ, ਉਹ ਤੋਂ ਬਾਅਦ ਉਹਨੇ ਸਿਰੇ ਨਹੀਂ ਚੱਕਿਆ ਹੈਗਾ, ਉਹ ਤਾਂ ਡਾਊਨ ਹੀ ਹੋ ਗਏ। ਹੇ ਵਾਹਿਗੁਰੂ, ਆ ਕੀ ਪਾਪ ਹੋ ਗਿਆ। ਨਾਲੇ ਤੁਸੀਂ ਕਮ ਸੇ ਕਮ ਵੀ ਇੱਕ ਵਾਰ ਫੋਨ ਕਰਕੇ ਘਰੇ ਦੱਸ ਤਾਂ ਸਕਦੇ ਸੀ ਵੀ ਭਾਈ ਤੁਸੀਂ ਫੋਨ ਕਰਦੇ ਨਹੀਂ। ਸਾਨੂੰ ਮੌਕਾ ਹੀ ਨਹੀਂ ਮਿਲਿਆ ਫੋਨ ਕਰਨ ਦਾ, ਕਿਹਨੂੰ ਫੋਨ ਕਰਦੇ, ਕਿਹਨੂੰ ਦੱਸਦੇ, ਫਿਰ ਤਾਂ ਗੱਲੇ ਨਿਬੜ ਗਈ ਦੀ ਸਾਰੀ, ਫਿਰ ਤਾਂ ਤੁਸੀਂ ਵੀ ਸਬਰ ਕਰਕੇ ਬੈਠ ਜਾਂਦੇ ਵੀ 6 ਮਹੀਨੇ ਬਾਅਦ ਘਰੇ ਆ ਜਾਣਾ ਉਹਨੇ, ਸਾਡੀ ਤਾਂ ਕੱਲ ਸਜ਼ਾ ਖਤਮ ਹੋਈ, ਸਾਨੂੰ ਡਿਪੋਰਟ ਕਰਤਾ ਦੋਵਾਂ ਨੂੰ, ਅਸੀਂ ਇੰਡੀਆ ਵਾਪਸ ਆ ਗਏ। ਮੇਰੀ ਗੱਲ ਸੁਣੋ, ਅੰਦਰ ਚੱਲੋ, ਮੈਂ ਬੈਗ ਚੱਕ ਕੇ ਲੈ ਕੇ ਆਉਣੀ ਆ, ਅੰਦਰ ਬੈਠ ਕੇ ਗੱਲ ਕਰਦੇ ਆ। ਆ ਠੀਕ ਨਹੀਂ ਤੂੰ ਕੀਤਾ ਹੈਗਾ, ਜੇ ਮਾਂ ਲੰਘ ਗਈ ਦੁਨੀਆ ਤੋਂ, ਹੈ ਮੇਰਾ ਤੁਹਾਨੂੰ ਦੂਜਾ ਵਿਆਹ ਕਹਿਤਾ, ਇਹਦਾ ਹੱਕ ਨਹੀਂ ਘਰ 'ਚ? ਵੀਰੇ ਮੈਂ ਬਹੁਤ ਗਿਆ ਜੀ, ਮੇਰੀ ਗੱਲ ਸੁਣ, ਗੱਲ ਸੁਣ ਕਰਦੀ ਕਰਦੀ ਮੈਨੂੰ ਉਰੇ ਤੱਕ ਖਿੱਚ ਕੇ ਲੈ ਆਈ, ਇੱਕ ਮੇਰੀ ਊਣੀ ਸਿਹਤ ਠੀਕ ਹੈ। ਜੱਗੀ ਕਿੱਥੇ ਹੈਗਾ? ਉਹ ਵੀ ਵੀਰੇ ਲੜਕੇ ਚਲਿਆ ਗਿਆ, ਮੇਰਾ ਦਿਮਾਗ ਖਰਾਬ ਕਰ ਰੱਖਿਆ, ਮੈਂ ਕੀ ਕਰਾਂ, ਮੇਰੇ ਦਿਮਾਗ 'ਚ ਤਾਂ ਆਪ ਇੰਨੀ ਟੈਨਸ਼ਨ ਪਈ ਪਈ ਆ, ਇਹਦਾ ਘਰ ਤੇ ਮੈਂ ਕਿਉਂ ਗਿਆ ਜੀ? ਤੁਸੀਂ ਆਪ ਦੱਸੋ, ਜਿਹੜਾ ਇਨਸਾਨ ਮੇਰੀ ਕੇਅਰ ਨਹੀਂ ਕਰਦਾ ਹੈਗਾ, ਜਦੋਂ ਮੈਂ ਉਹਨੂੰ ਦੇਖੂਗੀ ਕਿਸੇ ਹੋਰ ਦੀ ਕੇਅਰ ਕਰ ਰਿਹਾ, ਮੇਰੇ ਦਿਮਾਗ 'ਚ ਤਾਂ ਕੁਛ ਨਾ ਕੁਛ ਗੱਲ ਆਊਗਾ। ਤੇਰੇ ਮਨ 'ਚ ਕੀ ਹੈ? ਵਿਆਹ ਤੋਂ ਪਹਿਲਾਂ ਨਾ ਜੱਗੀ ਭੈਣ ਕਹਿੰਦਾ ਹੁੰਦਾ ਸੀ, ਵਿਆਹ ਤੋਂ ਬਾਅਦ ਵੀ ਉਹਨੂੰ ਭੈਣ ਕਿਹਾ, ਤੇਰੀ ਸੋਚ ਗੰਦੀ ਹੈਗੀ, ਹੁਣ ਉਹ ਕੀ ਕਰਦਾ ਵਿਚਾਰਾ ਭੋਲਾ ਗਾ ਉਹ। ਜੀ ਬਹੁਤ ਸਮਝਾਇਆ ਸੀ ਮੈਂ ਤੈਨੂੰ, ਪਰ ਇਹ ਨਹੀਂ ਸਮਝੀ ਹੈਗੀ, ਗਲਤ ਸਾਨੂੰ ਗਲਤ ਹੀ ਬਣਾਈ ਗਈ ਹੈ। ਮੰਨ ਲੈ ਜੱਗੀ ਬਾਹਰ ਜਾਂਦਾ, ਆ ਹਾਸਾ ਉਹਦੇ ਨਾਲ ਹੁੰਦਾ, ਮੈਂ ਤੇਰਾ ਖਿਆਲ ਰੱਖਦਾ, ਇਹ ਤੇਰੇ ਸ਼ੱਕ ਕਰਦੀ, ਖਿਆਲ ਬਣਨਾ ਕਿਹਦਾ ਸੀ? ਜੱਗੀ ਦਾ ਹੱਕ ਸੀ ਖਿਆਲ ਰੱਖਣਾ ਮੇਰੇ ਤੋਂ ਬਾਅਦ, ਫਿਰ ਤੂੰ ਗਲਤ ਮਤਲਬ ਕੱਢ ਲਿਆ ਹੈ ਇਸ ਚੀਜ਼ ਦਾ। ਮੰਮੀ ਹੈਗੇ ਤੀ ਜੀ, ਮੰਮੀ ਮੇਰਾ ਬਹੁਤ ਸਾਥ ਦਿੰਦੇ ਤੇ, ਪਰ ਗਗਨ ਨੇ ਮੇਰੇ ਉਰੇ ਪੈਰ ਨਹੀਂ ਲੱਗਣ ਦਿੱਤੇ ਹੈਗੇ। ਦੀਦੀ ਮੈਨੂੰ ਮਾਫ ਕਰ ਦਿਓ, ਗਲਤੀ ਇਨਸਾਨ ਤੋਂ ਹੀ ਹੁੰਦੀ ਆ, ਮੇਰੇ ਤੋਂ ਵੀ ਹੋ ਗਈ ਇੰਨੀ ਵੱਡੀ ਗਲਤੀ, ਮੈਂ ਕੀ ਕਰਾਂ ਕਰਦਾ ਹੁੰਦਾ। ਤੁਹਾਨੂੰ ਪਤਾ ਵਹਿਮ ਦਾ ਕੋਈ ਇਲਾਜ ਨਹੀਂ ਹੈਗਾ, ਹੁਣ ਜਦੋਂ ਮੈਨੂੰ ਵਹਿਮ ਪੈ ਹੀ ਗਿਆ ਸੀ, ਹੁਣ ਇਹਦੇ ਵਿੱਚ ਮੈਂ ਵੀ ਕੀ ਕਰ ਸਕਦੀ ਸੀ? ਵੀਰ ਜੀ ਪਲੀਜ਼ ਮੈਨੂੰ ਮਾਫ ਕਰ ਦਿਓ। ਦੇਖੋ ਜੀ ਹੁਣ ਤੁਸੀਂ ਹੈਗੇ ਨਾ, ਹੁਣ ਬਾਹਰ ਹੀ ਨਾ ਜਾਇਓ। ਨਹੀਂ ਮੈਂ ਕਿਤੇ ਨਹੀਂ ਜਾਂਦਾ, ਮੈਂ ਤਾਂ ਬਹੁਤ ਵੱਡੀ ਗਲਤੀ ਕਰ ਲਈ, ਬਾਹਰ ਜਾ ਕੇ ਮੈਂ ਆਪਦੀ ਮਾਂ ਗਵਾ ਲਈ। ਦੱਸ ਹੈ ਵੀਰੇ, ਤੁਸੀਂ ਅੰਦਰ ਚਲੋ, ਮੈਂ ਬੈਗ ਲੈ ਕੇ ਆਉਣੀ ਆ। ਦੀਦੀ ਪਲੀਜ਼ ਮੈਨੂੰ ਮਾਫ ਕਰ ਦਿਓ। ਚਲ ਕਰ ਦੇ ਮਾਫ, ਚਲ ਕਰ, ਛੋਟੀ ਭੈਣ ਤੇ ਪਹਿਲਾਂ ਵੀ ਤੈਨੂੰ ਛੋਟੀ ਭੈਣੇ ਸਮਝਦੀ ਸੀ। ਕੋਈ ਨਹੀਂ, ਪਰ ਚਲ ਕੋਈ ਨਾ, ਤੂੰ ਆ ਜਾ, ਪਰਮਾਤਮਾ ਨੇ ਤੁਹਾਡਾ ਘਰ ਦੁਬਾਰੇ ਵਸਾਤਾ। ਚਲ ਮੈਂ ਤੈਨੂੰ ਕਹੀ ਨਹੀਂ ਗਈ ਵੀ ਉਹ ਆਉਣਗੇ। ਸਹੀ ਗੱਲ ਹੈ ਵੀਰੇ, ਪਰ ਦੀਦੀ ਦਾ ਇਹੀ ਗੱਲ ਰੱਟ ਲਾ ਕੇ ਰੱਖੀ ਦੀਦੀ ਨੇ ਤਾਂ ਵੀ ਨਹੀਂ, ਇਹੋ ਜਿਹਾ ਕੁਛ ਵੀ ਨਹੀਂ ਹੋਇਆ, ਮੇਰਾ ਮਨ ਕਹਿੰਦਾ ਇਹੋ ਜਿਹਾ ਕੁਛ ਵੀ ਨਹੀਂ ਹੋਇਆ। ਮੈਂ ਕਾਹਨੂੰ ਦੂਜਾ ਵਿਆਹ ਕਰਾਉਣਾ, ਮੈਂ ਤਾਂ ਕਮਾਈ ਕਰਨ ਗਿਆ, ਉਹ ਤਾਂ ਕਿਸਮਤ ਮਾੜੀ ਸਾੜੀ ਲੜਾਈ ਹੋ ਗਈ। ਇਹ ਗਲਤੀ ਤਾਂ ਉਹਨਾਂ ਦੀ ਨਾ, ਮਜ਼ਾਕ ਕਰਨ ਵਾਲਿਆਂ ਦੀ। ਹਾਂ ਗਲਤੀ ਹੈ, ਦੇਖ ਕੇ ਕਰਨਾ, ਮਜ਼ਾਕ ਉਹਨੇ ਗਲਤ ਕਰਿਆ, ਉਹਨੇ ਸਾਰਿਆਂ ਨੂੰ ਮਜ਼ਾਕ ਕਰਿਆ। ਚਲੋ ਛੱਡੋ ਜੀ, ਆਓ ਤੁਸੀਂ। ਚਲ ਚਲ ਚੱਕ ਲੈ, ਇੱਕ ਗੱਲ ਕਹਿਣੀ ਹੁਣ ਨਾ ਬਾਰੇ ਜਾਇਓ। ਨਹੀਂ ਜਾਂਦਾ ਨਹੀਂ, ਚੱਲ 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 ਚੱਲ। ਸ਼ੁਕਰ ਪਰਮਾਤਮਾ।
ਹੈ।